ਇੱਕ ਦਿਨ ਮੇਰੇ ਬਾਪੂ ਜੀ ਆ ਗਏ ਜੀ ਮੇਰੇ ਕੋਲ ਕਮਰੇ 'ਚ, ਮੈਂ ਲਾਈ ਜਾਂਦਾ ਸੀਗਾ, ਲਾਉਂਦੇ ਤੋਂ ਉੱਪਰ ਆ ਗਏ ਜੀ, ਕਿਉਂਕਿ ਮੈਂ ਘਰੇ ਇੰਨਾ ਕੁ ਸ਼ਰਿਆਮ ਹੋ ਚੁੱਕਿਆ ਸੀ ਐਂਡ 'ਤੇ। ਹੁਣ ਮੈਂ ਘਰਦਿਆਂ ਨੂੰ ਸਿੱਧਾ ਕਹਿੰਦਾ ਜੀ 2 ਮਿੰਟ ਕਿਚਨ ਤੋਂ ਬਾਹਰ ਜਾਓ। ਸ਼ਰਿਆਮ ਕਹਿੰਦੇ ਸੀ ਮੈਂ ਨਸ਼ਾ ਕਰਨਾ, ਤੁਸੀਂ ਜਾਓ। ਸ਼ਰਿਆਮ ਲਾ ਰਿਹਾ ਸੀਗਾ ਜੀ ਮੈਂ, ਲਗਾ ਲਗੂ ਕੇ ਉੱਦਾਂ ਹੀ ਪੈ ਗਿਆ ਉੱਥੇ ਫਸ 'ਤੇ ਲੰਮਾ ਪਿਆ ਹੋਇਆ। ਤਾਂ ਬਾਪੂ ਜੀ ਨੇ ਮੈਨੂੰ ਉਠਾਲਿਆ, ਬਾਪੂ ਜੀ ਰੋਣ ਲੱਗ ਗਏ ਜੀ ਮੇਰੇ, ਕਹਿੰਦੇ ਤੂੰ ਰੋਜ਼ ਕਲੇਸ਼ ਕਰਦਾ, ਪੈਸੇ ਲੈਂਦਾ, ਤਾਂ ਸਾਡੇ ਕੋਲ ਵੀ ਇੰਨੇ ਪੈਸੇ ਹੈ ਨਹੀਂ, ਆਪਾਂ ਤੈਨੂੰ ਪਤਾ ਹੁਣ ਜ਼ਮੀਨ ਵੇਚ ਕੇ ਲਿਮਿਟ ਭਰੀ, ਕੋਈ 1 ਰੁਪਈਆ ਆਪਣੇ ਘਰ ਨਹੀਂ। ਮੈਂ ਇਸ ਟਾਈਮ 600 ਰੁਪਏ ਦਿਹਾੜੀ ਕਮਾਉਣਾ, 500 ਤੂੰ ਖਾ ਜਾਂਦਾ, ਮੈਂ 100 ਰੁਪਏ 'ਚ ਸਾਰਾ ਪਰਿਵਾਰ ਚਲਾ ਰਿਹਾ। ਡਿਲੀਵਰੀ ਦਾ ਟਾਈਮ ਸੀਗਾ ਜੀ ਮੇਰੀ ਭੈਣ ਦਾ, ਅਤੇ ਲੈ ਕੇ ਜਾਣ ਵਾਲਾ ਸਿਰਫ ਘਰੇ ਮੈਂ ਸੀ ਇਕੱਲਾ, ਬਾਪੂ ਜੀ ਬਾਹਰ ਸੀਗੇ ਉਦੋਂ ਮੇਰੇ। ਉਸ ਟਾਈਮ ਵੀ ਮੇਰੇ ਮਾਇੰਡ 'ਚ ਇਹ ਗੱਲ ਆਈ ਵੀ ਹੋਸਪਿਟਲ 'ਚ ਕੀ ਪਤਾ ਕਿੰਨਾ ਟਾਈਮ ਲੱਗ ਜਾਵੇ, ਮੈਂ ਆਪਣਾ ਸਮਾਨ ਲੈ ਆਵਾਂ ਪਹਿਲਾਂ। ਉਸ ਸਮੇਂ ਇਹ ਖਿਆਲ ਘਰੋਂ ਤੁਰਨ ਤੋਂ ਪਹਿਲਾਂ ਮੈਂ ਆਪਣੀ ਮਾਤਾ ਜੀ ਨੂੰ ਕਿਹਾ ਵੀ ਤੁਸੀਂ ਰੁਕੋ, ਮੈਂ ਗੱਡੀ 'ਚ ਤੇਲ ਘੱਟ ਆ, ਵੀ ਰਸਤੇ 'ਚ ਖੜ ਨਾ ਜਾਵੇ, ਮੈਂ ਤੇਲ ਪਵਾ ਕੇ ਲਿਆ। ਤੇਲ ਲੈਣ ਗਿਆ ਜੀ ਮੈਂ, ਉਦੋਂ ਵੀ ਮੈਂ ਸਮਾਨ ਲੈਣ ਚਲੇ ਗਿਆ, ਸਮਾਨ ਜਿਹਨੇ ਮੈਨੂੰ ਦੇਣ ਆਉਣਾ ਸੀ ਜਾਂ ਜਿੱਥੋਂ ਮੈਂ ਲੈਣ ਜਾਣਾ ਸੀ, ਉਹ ਬੰਦਾ ਲੇਟ ਹੋ ਗਿਆ ਜੀ। BP ਵਧਣ ਕਾਰਨ ਉਹਦੇ ਕੰਨਾਂ 'ਚੋਂ ਬਲੱਡ ਆਉਣ ਲੱਗ ਗਿਆ ਜੀ। ਉਸ ਦਿਨ ਡੈਥ ਵੀ ਹੋ ਸਕਦੀ ਸੀ, ਮੇਰੇ ਭਾਣਜੇ ਦੀ ਡੈਥ ਵੀ ਹੋ ਸਕਦੀ ਸੀ। ਤੁਹਾਨੂੰ ਤੋੜ ਲੱਗ ਰਹੀ ਸੀ, ਕੀ ਕੁਝ ਹੋਇਆ, ਮਤਲਬ ਕਿਹੜੇ ਕਿਹੜੇ ਖਿਆਲ ਆਏ ਮਨ ਦੇ ਵਿੱਚ ਉਸ ਸਮੇਂ, ਅਤੇ ਉਹ ਸਮੇਂ ਫਿਰ ਕੰਟਰੋਲ ਕਿਵੇਂ ਕੀਤਾ ਸੁਖਜਿੰਦਰ ਸਿੰਘ? ਭਾਅ ਜੀ ਸੁਸਾਈਡ ਵੀ ਕੀਤਾ ਜੀ, ਮੈਂ ਕੋਸ਼ਿਸ਼ ਕੀਤੀ, ਮੈਂ ਸਪਰੇ ਪੀ ਗਿਆ ਸੀਗਾ ਜੀ ਘਰੇ ਚੱਕ ਕੇ, ਮੇਰੇ ਡੈਡੀ ਸੀਗਾ ਜੀ ਉਹਨਾਂ ਨੇ ਬਚਾ ਲਿਆ ਜੀ। ਅਤੇ ਅੱਜ ਕੱਲ੍ਹ ਚੱਲ ਰਹੇ ਨੇ ਜੀ ਪੰਜਾਬ 'ਚ ਵਿਦਿਆਲਿਆ ਦੇ ਨਾਮ 'ਤੇ ਸੈਂਟਰ, ਰਜਿਸਟਰਡ ਉਹਨਾਂ ਨੇ ਗੁਰਮਤਿ ਵਿਦਿਆਲਿਆ ਦੇ ਨਾਮ 'ਤੇ ਕਰਾਉਣਾ, ਧੱਕੇ ਨਾਲ ਘਰੋਂ ਮੁੰਡੇ ਘਰ ਦੇ ਚੁਕਾਉਂਦੇ ਨੇ ਜੀ, ਉਹ ਤਾਂ ਲੈ ਕੇ ਜਾਣਾ ਚੱਕ ਕੇ, ਉਹਨਾਂ ਦਾ ਪੈਸੇ ਚਾਹੀਦੇ ਨੇ, 15,000 ਰੁਪਈਆ ਫੀਸ ਆ ਜੀ ਉਹਨਾਂ ਦੀ ਮਹੀਨੇ ਦੀ। ਉਹਨਾਂ ਨੇ ਤੁਹਾਨੂੰ ਧੱਕੇ ਨਾਲ ਲੈ ਜਾਣਾ ਚੱਕ ਕੇ, ਤੁਹਾਡੀ ਮਰਜ਼ੀ ਹੈ ਨਹੀਂ ਹੈ, ਘਰਦਿਆਂ ਨੇ ਚੁਕਵਾਤਾ, ਤੁਹਾਨੂੰ ਲੈ ਜਾਣਾ। ਉੱਥੇ ਜਾ ਕੇ ਸਿਸਟਮ ਇੰਨਾ ਕੁ ਬੰਦੇ ਨੂੰ ਪਰੇਸ਼ਾਨ ਕਰ ਦਿੰਦੇ ਨੇ ਜੀ, ਉਹ ਦਿਮਾਗੀ ਤੌਰ 'ਤੇ ਜਾਂ ਤਾਂ ਬੰਦਾ ਮੈਂਟਲ ਹੋ ਕੇ ਨਿਕਲਦਾ ਜੀ ਉੱਥੋਂ, ਅਤੇ ਜਾਂ ਜਦੋਂ ਨਿਕਲਦਾ ਹਰ ਟਾਈਮ ਇਹੀ ਸੋਚਦਾ, ਉਹਦੇ ਮਨ ਦੇ ਅੰਦਰ ਇੱਕ ਕਿਹੜ ਜੀ ਬਣੀ ਜਾਂਦੀ ਹੈ ਵੀ ਮੈਂ ਜਾ ਕੇ ਕਰਨਾ ਹੀ ਕਰਨਾ, ਇੰਨਾ ਧੱਕਾ, ਇੰਨਾ ਨਜਾਇਜ਼ ਹੋਇਆ, ਇਹ ਹੋਇਆ, ਉਹ ਹੋਇਆ, ਮੈਂ ਆਪਣੇ ਖੁਦ ਹੀ ਦੱਸ ਰਿਹਾ ਜੀ। ਜਦੋਂ ਮੈਂ ਪਹਿਲੀ ਵਾਰ ਸੈਂਟਰ ਗਿਆ ਜੀ, ਮੇਰੇ 6 ਮਹੀਨੇ ਲੱਗੇ ਉੱਥੇ, ਮਤਲਬ ਮੇਰੇ ਘਰਦਿਆਂ ਨੇ ਮੈਨੂੰ ਚੁਕਾਇਆ, ਫੋਰਸਫੁਲੀ ਚੁਕਾਇਆ, ਜਿੱਦਾਂ ਵੀ 6 ਮਹੀਨੇ ਲੱਗੇ, ਤਾਂ ਮੈਂ 4 ਮਹੀਨੇ ਬਾਅਦ ਜੀ ਮੈਨੂੰ ਸੂਰਜ ਦੇਖਿਆ ਸੀ। ਮਤਲਬ ਉਹਨਾਂ ਨੇ ਤੁਹਾਨੂੰ ਅੰਦਰ ਬੰਦੇ ਰੱਖਣਾ ਕਮਰੇ 'ਚ, ਸੂਰਜ ਦਾ ਤੁਸੀਂ ਸੋਚ ਵੀ ਨਹੀਂ ਸਕਦੇ। ਉਹ ਵੀ 4 ਮਹੀਨਿਆਂ ਬਾਅਦ ਮੇਰੇ ਪਾਪਾ ਮੈਨੂੰ ਮਿਲਣ ਆਏ, ਤਾਂ ਮੈਨੂੰ ਬਾਹਰ ਕੱਢ ਲਿਆ ਥੋੜ੍ਹਾ ਜਿਹਾ। ਕੁੱਟਦੇ ਮਾਰਦੇ ਵੀ? ਅਤੇ ਕੁੱਟ ਵੀ ਇੰਨੀ ਭੈੜੀ ਹੈ ਜੀ ਬੰਦਾ ਦਾ, ਮਤਲਬ ਉਹ ਕੁੱਟਦੇ ਨੇ ਪੈਰਾਂ ਦੀਆਂ ਤਲੀਆਂ, ਲੱਤਾਂ ਫੜ ਕੇ ਉਹਨਾਂ ਨੇ ਪੈਰ ਥੱਲੋਂ ਕੁੱਟਣੇ ਨੇ, ਉਹਦੀ ਮਾਰ ਇੱਥੇ ਤੱਕ ਜਾਂਦੀ ਹੈ ਜੀ ਸਿਰ ਤੱਕ, ਸਾਰਾ ਸਰੀਰ ਦੁਖਦਾ। ਤਲੀਆਂ ਹੀ ਕੁੱਟਦੇ? ਹਾਂਜੀ, ਤਲੀਆਂ ਕੁੱਟਣੀਆਂ ਨੇ ਜਾਂ ਉੱਥੇ ਸਜਾਉਣ, ਡੰਡੇ ਨਾਲ? ਡੰਡੇ ਨਾਲ ਜੀ, ਬਿਲਕੁਲ, ਜਦ ਤੱਕ ਡੰਡਾ ਟੁੱਟਦਾ ਨਹੀਂ ਜਾਂ ਬੰਦਾ ਬੇਹੋਸ਼ ਨਹੀਂ ਹੁੰਦਾ ਜਾਂ ਜਦ ਤੱਕ ਉਹਨਾਂ ਦਾ ਗੁੱਸਾ ਨਹੀਂ ਉਤਰਦਾ। 2.5 ਲੱਖ ਰੁਪਏ ਦੀ ਲਿਮਿਟ ਸੀਗੀ ਜੀ 2014 'ਚ ਮੇਰੇ ਡੈਡੀ ਜੀ ਦੇ ਸਿਰ, ਕਰਜ਼ਾ ਸੀਗਾ। ਜੇ ਉਦੋਂ ਮੈਂ ਪੈਸੇ ਕਮਾਉਂਦਾ ਹੁੰਦਾ, ਜਾਂ ਮੇਰਾ ਡੈਡੀ ਤਾਂ ਕਮਾਏ ਰਿਹਾ ਸੀ, ਸਾਰੇ ਪਰਿਵਾਰ ਨੂੰ ਚਲਾ ਰਿਹਾ ਸੀਗਾ, ਜੇ ਮੈਂ ਵੀ ਬਰਾਬਰ ਕਮਾਉਂਦਾ ਹੁੰਦਾ ਤਾਂ ਮੈਂ ਉਤਾਰ ਸਕਦਾ ਸੀ। ਮੈਂ ਖਾਣ 'ਤੇ ਹੋ ਗਿਆ ਜੀ, ਖਾਣ 'ਤੇ ਹੋਇਆ ਹੋਇਆ ਉਹ ਹਰ ਸਾਲ ਵੱਧਦੀ ਗਈ ਲਿਮਿਟ, ਉਹ 16 ਲੱਖ ਰੁਪਏ ਤੱਕ ਪਹੁੰਚ ਗਈ ਜੀ। ਮੈਂ ਪਰੂਫ ਦੇ ਸਕਦਾ ਤੁਹਾਨੂੰ, 16 ਲੱਖ ਰੁਪਈਆ ਪਿਛਲੇ ਸਾਲ ਜ਼ਮੀਨ ਵੇਚ ਕੇ ਭਰਿਆ ਜੀ, ਕਿਉਂਕਿ ਹੋਰ ਆਮ ਬੰਦਾ ਭਰ ਨਹੀਂ ਸਕਦਾ 16 ਲੱਖ ਰੁਪਈਆ ਕਿੱਥੋਂ। ਮੀਟ ਮਾਰਕੀਟ ਵੱਜਦੀ ਆ ਖੰਨਾ ਸ਼ਹਿਰ ਦੇ ਵਿੱਚ, ਡੇਲੀ ਰੇਡ ਪੈਂਦੀ ਆ ਜੀ ਉੱਥੇ, ਡੇਲੀ ਗ੍ਰਿਫਤਾਰੀਆਂ ਹੁੰਦੀਆਂ। ਆਕਾਸ਼ ਦੱਤ ਸਰ ਆਏ ਸੀਗੇ ਉੱਥੇ ਪੁਲਿਸ 'ਚ, ਬਹੁਤ ਵਧੀਆ ਕੰਮ ਕੀਤਾ ਜੀ ਉਹਨਾਂ ਨੇ, ਖੰਨਾ ਇੱਕ ਵਾਰ ਤਾਂ ਚਿੱਟਾ ਫ੍ਰੀ ਕਰਤਾ ਸੀ ਉਹਨਾਂ ਨੇ। ਬਟ ਉਹਨਾਂ ਦੀ ਟ੍ਰਾਂਸਫਰ ਹੋਈ ਜਾਂ ਕੁਛ ਹੋਇਆ, ਜਿੱਦਾਂ ਤੁਸੀਂ ਅੱਜ ਚੱਕ ਲਿਆ ਜੀ ਬੰਦੇ ਨੂੰ, 28ਵੇਂ ਦਿਨ ਜਮਾਨਤ ਆ ਚਿੱਟੇ ਵਾਲੇ ਦੀ, ਉਹਨੇ ਆ ਕੇ ਫਿਰ ਉਹੀ ਕੰਮ ਕਰਨਾ।
ਚਿੱਟੇ ਵਾਲੇ ਬੰਦੇ ਤੇ ਜੀ ਕੋਈ ਯਕੀਨ ਨਹੀਂ ਕਰਦਾ, ਤੁਹਾਡਾ ਸਕਾ ਪਿਓ ਵੀ ਤੁਹਾਨੂੰ ਯਕੀਨ ਨਹੀਂ ਕਰਦਾ ਜੀ ਤੁਹਾਡੇ ਤੇ। ਉਹਨੇ ਤੁਹਾਨੂੰ 200 ਰੁਪਈਆ ਵੀ ਦੇਣਾ ਨਾ, ਕੋਈ ਪੈਟਰੋਲ ਪਾਉਣ ਨੂੰ ਦੇਣਾ, ਉਹ ਵੀ ਸੋਚੂ ਵੀ ਇਹਦੇ ਵਿੱਚੋਂ ਇਹ ਕਿਤੇ ਪਵਾ ਕੇ ਵੀ ਲਿਆਉ ਪੂਰਾ ਜਾਂ ਇਹਦੇ ਵਿੱਚੋਂ ਖਾਊ ਕਿਸੇ। ਸਭ ਤੋਂ ਵੱਡੀ ਚੀਜ਼ ਹੈ ਜੀ ਯਕੀਨ ਟੁੱਟ ਜਾਂਦਾ। ਤੁਹਾਨੂੰ ਇਸ ਪੀਰੀਅਡ ਦੌਰਾਨ ਕਿਸੇ ਨੇ ਕਿਹਾ ਨਹੀਂ ਕਿ ਯਾਰ ਤੂੰ ਗਲਤ ਕੰਮ ਕਰ ਰਿਹਾ ਹੈ, ਨਾ ਕਰ, ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਸੀ ਤੁਸੀਂ, ਕਿ ਬਹੁਤ ਪਤਾ ਵੀ ਸੀ ਪਰ ਕੋਈ ਰੋਕਦਾ ਨਹੀਂ ਸੀ? ਕੰਡਕਟਰੀ ਲਾਈਨ 'ਚ ਜਿਹੜੇ ਬੰਦਿਆਂ ਨੇ ਪਹਿਲਾਂ ਕੀਤੀ ਉਹਨਾਂ ਨੂੰ ਤਾਂ ਪਤਾ ਜੀ ਪੈਸਾ ਬਹੁਤ ਆ। ਕਿਸੇ ਟਾਈਮ ਤਾਂ ਇਹ 'ਚ ਇੱਦਾਂ ਸੀਗਾ ਜੀ ਗੌਰਮੈਂਟ ਇੰਪਲੋਈ ਤੋਂ ਉੱਪਰ ਸੀਗੇ ਅਸੀਂ, ਗੌਰਮੈਂਟ ਇੰਪਲੋਈ ਵੀ ਸਾਡੇ ਬਰਾਬਰ ਕਮਾ ਨਹੀਂ ਸੀ ਸਕਦਾ, ਪੈਸਾ ਕੋਲ ਖੁੱਲ੍ਹਾ ਰਹਿੰਦਾ ਸੀ, 2500-3000 ਰੁਪਈਆ ਦਿਹਾੜੀ ਬਣਦੀ ਸੀਗੀ ਜੀ, ਅਤੇ ਪੈਸਾ ਖੁੱਲ੍ਹਾ ਰਹਿਣ ਕਰਕੇ 1000-500 ਦਾ ਚਿੱਟਾ ਲਾਉਣਾ ਹੁੰਦਾ ਸੀ, ਵੱਧ ਤੋਂ ਵੱਧ 1500 ਦਾ, ਉਹ ਕਦੇ ਮਹਿਸੂਸ ਨਹੀਂ ਹੋਇਆ। ਘਰੇ ਵੀ ਪੈਸੇ ਪ੍ਰੋਪਰ ਭੇਜਦੇ ਸੀ, ਜੇ ਆਪਾਂ 1500 ਦੇ ਹਿਸਾਬ ਨਾਲ ਵੀ ਭੇਜੀਏ 40-45 ਹਜ਼ਾਰ ਰੁਪਈਆ ਘਰੇ ਭੇਜਦੇ ਸੀਗੇ। ਆਪਣਾ ਸਰਕਲ ਤੋੜ ਦਿਓ, ਸੋਸ਼ਲ ਤੁਸੀਂ ਕੈਦ ਕਰ ਲਓ ਜਾਣੀ ਆਪਣੇ ਆਪ ਨੂੰ, ਘਰੇ ਇਹ ਸੋਚ ਲਓ ਵੀ ਮੈਨੂੰ ਕੈਦ ਹੋਊਗੀ। ਇਹ ਥੋੜ੍ਹੇ ਟਾਈਮ ਲਈ ਨਹੀਂ, ਤੁਸੀਂ 1 ਮਹੀਨੇ 'ਚ ਪ੍ਰੋਪਰ ਤੁਹਾਡੀ ਬੋਡੀ ਨੋਰਮਲ ਸੋਫੀ ਹੋ ਜਾਂਦੀ ਆ, ਘਰੇ ਕੰਮ ਕਾਰ ਕਰੋ, ਤੁਹਾਡਾ ਮਨ ਲੱਗਿਆ ਰਹੂ। ਯਾਨੀ 6 ਮਹੀਨੇ ਮੈਂ ਕਹਿੰਦਾ ਭਾਅ ਜੀ ਘੱਟ ਤੋਂ ਘੱਟ, ਯਾਨੀ ਉਹਦਾ ਸਾਲ ਕਰ ਲਵੇ ਬੰਦਾ ਜ਼ਿਆਦਾ ਵਧੀਆ, 6 ਮਹੀਨੇ ਤੁਸੀਂ ਕਿਸੇ ਨੂੰ ਮਿਲੋਗੇ ਨਾ, ਘਰੇ ਪ੍ਰੋਪਰ ਬੰਦ ਰਹੋ। ਹੁਣ ਤਾਂ ਨਹੀਂ ਕਦੀ ਖਿਆਲ ਆਇਆ ਕਿ ਦੁਬਾਰਾ ਘਰ ਕੋਲ ਨਹੀਂ ਭਾਅ ਜੀ, ਜਮੇ ਨਹੀਂ, ਮੇਰੇ ਸਾਹਮਣੇ ਰੱਖ ਦਿਓ, ਮੈਂ ਨਹੀਂ ਕਰੂੰਗਾ, ਠੋਕ ਕੇ ਕਹਿ ਸਕਦਾ ਇਹ ਗੱਲ। ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਬਿਲਕੁਲ, ਜਿਨ੍ਹਾਂ ਨੇ ਹਿੰਮਤ ਕਰਨੀ ਹੋਵੇ, ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੋਵੇ, ਚਾਹੇ ਲੱਖ ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਬੰਨ੍ਹ ਲਵੋ, ਉਹ ਬੇੜੀਆਂ ਨੂੰ ਹੱਥਾਂ ਦੇ ਨਾਲ ਤੋੜ ਦਿੰਦੇ ਨੇ। ਇੱਕ ਅਜਿਹਾ ਨੌਜਵਾਨ ਸੁਖਜਿੰਦਰ ਸਿੰਘ, ਜਿਸਨੇ 7-8 ਸਾਲ ਆਪਣੀ ਜ਼ਿੰਦਗੀ ਦੇ ਵਿੱਚ ਨਸ਼ਾ ਕੀਤਾ, ਨਸ਼ੇ ਦੀ ਉਸ ਦਲਦਲ ਦੇ ਵਿੱਚੋਂ ਉਹ ਨੌਜਵਾਨ ਅੱਜ ਬਾਹਰ ਵੀ ਆਇਆ, ਸਾਡੇ ਨਾਲ ਮੌਜੂਦ ਹੈ, ਅਸੀਂ ਗੱਲਬਾਤ ਕਰਾਂਗੇ ਅਤੇ ਉਸਦੀ ਜ਼ਿੰਦਗੀ ਬਾਰੇ ਜਾਣਾਂਗੇ। ਬਾਈ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਸੀਗਾ ਬਾਈ ਜੀ। ਬਾਈ, ਸਭ ਤੋਂ ਪਹਿਲਾਂ ਮੈਂ ਤੁਹਾਡੀ ਉਮਰ ਪੁੱਛੂਗਾ, ਉਮਰ ਕਿੰਨੀ ਬਾਈ ਤੁਹਾਡੀ? ਉਮਰ ਵੀਰੇ 96 ਦਾ ਬਰਥ ਆ ਮੇਰਾ, ਹਾਈ 27-28 ਸਾਲ ਦੇ ਕਰੀਬ ਹੋਣੀ ਹੈ ਜੀ। ਹਾਂਜੀ, ਠੀਕ ਹੈ। ਹੁਣ ਕੀ ਕੰਮ ਕਰਦੇ ਹੋ ਬਾਈ ਤੁਸੀਂ? ਵੀਰੇ ਫਿਲਹਾਲ ਮੈਂ ਪ੍ਰਾਈਵੇਟ ਕੰਪਨੀ ਆ, ਟਰੈਕਟਰ ਦੀ ਡਰਾਈਵਰੀ ਕਰਦਾ ਜੀ ਉੱਥੇ, ਟਰੈਕਟਰ 'ਤੇ। ਹਾਂਜੀ, ਠੀਕ ਹੈ। ਬਾਈ, ਜਿਵੇਂ ਤੁਸੀਂ ਸਾਨੂੰ ਦੱਸਿਆ ਕਿ ਤੁਸੀਂ 7-8 ਸਾਲ ਆਪਦੀ ਜ਼ਿੰਦਗੀ ਦੇ, ਹਾਂਜੀ, ਹੈ ਨਾ, ਨਸ਼ੇ ਦੇ ਵਿੱਚ ਗਾਲ ਹੀ ਦਿੱਤੇ ਹੋ। ਹਾਂਜੀ, ਗਾਲ ਹੀ ਹੁੰਦੇ ਆ, ਬਿਲਕੁਲ ਜੀ। ਕਿਹੜੀ ਉਮਰ ਤੋਂ ਸਟਾਰਟ ਕੀਤਾ ਸੀ ਅਤੇ ਕਿਉਂ ਕੀਤਾ ਸੀ? ਉਮਰ ਵੀਰੇ, ਮੈਂ 2014 ਦਾ ਪਲੱਸ ਟੂ ਪਾਸ ਆਊਟ ਹਾਂ। 2014 'ਚ ਜਦੋਂ ਮਤਲਬ ਪਲੱਸ ਟੂ ਕੀਤੀ ਤਾਂ ਯੂਨੀਵਰਸਿਟੀ ਲੱਗਣ ਦਾ ਬਹੁਤ ਚਾਅ ਸੀਗਾ। ਯੂਨੀਵਰਸਿਟੀ ਲੱਗੇ ਵੀ ਹੋਟਲ ਮੈਨੇਜਮੈਂਟ ਦੀ ਡਿਗਰੀ 'ਚ ਅਪਲਾਈ ਵੀ ਕੀਤਾ ਅਤੇ ਉੱਥੇ ਬਸ 5-6 ਮਹੀਨੇ ਕੰਮ ਕੀਤਾ, ਪੜ੍ਹੇ ਸੋਰੀ। ਉਸ ਤੋਂ ਬਾਅਦ ਘਰੇ ਆ ਗਿਆ ਜੀ, ਕੰਮ ਹੀ ਕਰਨਾ, ਬਸ ਇੱਦਾਂ ਹੀ ਸੀਗਾ, ਕੋਈ ਨਾ ਕੋਈ ਕੰਮ ਕਰਨਾ। ਤਾਂ ਮੇਰੇ ਚਾਚਾ ਜੀ ਪਿਛਲੇ 30-35 ਸਾਲ ਤੋਂ ਕੰਡਕਟਰੀ ਕਰ ਰਹੇ ਸੀਗੇ ਜੀ, ਤਾਂ ਮੈਂ ਉਹਨਾਂ ਨੂੰ ਮਿਲਿਆ ਅਤੇ ਉਹ ਮੈਨੂੰ ਕਹਿੰਦੇ ਵੀ ਤੂੰ ਇੱਦਾਂ ਕਰ, ਮੈਂ ਤੈਨੂੰ ਬਠਿੰਡੇ ਭੇਜ ਦਿੰਦਾ, ਜਦ ਆਪਣੇ ਔਰਬਿਟ ਬੱਸਾਂ ਤਾਂ ਬਹੁਤ ਚੱਲਦੀਆਂ ਸੀਗੀਆਂ ਜੀ, ਅਤੇ ਔਰਬਿਟ ਬੱਸ 'ਤੇ ਮੈਨੂੰ ਟਰਾਈ ਲਈ ਸਿੱਖਣ ਲਈ ਕੰਮ ਭੇਜਿਆ। ਉੱਥੇ ਜਿਹੜਾ ਮੇਰਾ ਉਸਤਾਦ ਸੀਗਾ ਜੀ, ਉਹ ਮਤਲਬ ਯੂਜ਼ ਕਰਦਾ ਹੁੰਦਾ ਸੀ ਨਸ਼ਾ। ਕਿਹੜਾ ਨਸ਼ਾ? ਚਿੱਟਾ ਲਾਉਂਦਾ ਸੀਗਾ ਜੀ ਉਹ। ਕਿਹੜੇ ਵੇਲੇ ਦੀ ਗੱਲ ਹੈ ਇਹ? 2014 ਦੀ, ਬਠਿੰਡੇ ਜ਼ਿਲ੍ਹੇ ਦੀ ਗੱਲ ਹੈ ਜੀ। ਅੱਛਾ, 14 ਦੇ ਵਿੱਚ? ਹਾਂ, 2014 ਦੇ ਵਿੱਚ ਜੀ। ਅਤੇ ਉਹ ਇੰਜੈਕਸ਼ਨ ਵਗੈਰਾ ਲਗਾਉਂਦਾ ਸੀਗਾ ਜੀ ਚਿੱਟੇ ਦੇ, ਉਸਤਾਦ ਜੀ ਤੋਂ ਮੈਂ ਆਪਣਾ ਕੰਮ ਸਿੱਖਣ ਗਿਆ ਸੀਗਾ ਕੰਡਕਟਰੀ ਲਾਈਨ ਦਾ। ਪਹਿਲਾਂ 1-2 ਮਹੀਨੇ ਇੱਦਾਂ ਹੀ ਰਿਹਾ ਜੀ, ਅਤੇ ਮਤਲਬ ਚੁਸਤੀ ਜੀ ਨਹੀਂ ਸੀ ਫੜਦਾ ਸਰੀਰ, ਬਾ ਉਹਨੇ ਕਦੇ ਭੁੱਕੀ ਵਗੈਰਾ ਖਿਲਾ ਦੇਣੀ ਜਾਂ ਇੱਦਾਂ ਕੁਛ ਵੀ ਖਿਲਾ ਪਿਲਾ ਦੇਣਾ ਵੀ ਥੋੜ੍ਹਾ ਜਿਹਾ ਚੁਸਤ ਰਹਿ, ਇੱਦਾਂ ਤੂੰ ਸੁਸਤ ਰਹਿਣਾ, ਆਪਣਾ ਕੰਮ ਹੈ ਨਹੀਂ ਸੁਸਤੀ ਦਾ। ਅਤੇ ਉਹ ਮੈਂ ਉਹਨੂੰ ਦੇਖਿਆ ਕਰਨਾ ਜੀ ਵੀ ਲਾਉਂਦਾ, ਮੈਂ ਐਵੇਂ ਉਹਨੂੰ ਕਹੀ ਜਾਣਾ ਵੀ ਉਸਤਾਦ, ਲੋਕ ਕਹੀ ਜਾਂਦੇ ਨੇ ਛੱਡ ਨਹੀਂ ਹੁੰਦਾ, ਛੱਡ ਨਹੀਂ ਹੁੰਦਾ, ਲਿਆ ਤੂੰ ਮੈਨੂੰ ਦੇਖਣ 'ਤੇ ਲਾ ਕੇ ਵੀ ਕਿਉਂ ਨਹੀਂ ਛੱਡ ਹੁੰਦਾ ਇਹ।
ਦੇਖਾਂ ਤਾਂ ਸਹੀ ਕਹਿੰਦੇ ਕਿਉਂ ਨੇ ਲੋਕ, ਤਾਂ ਮੈਂ ਪਹਿਲ ਖੁਦ ਕੀਤੀ ਹੈ ਜੀ, ਮੈਂ ਉਸਤਾਦ ਨੂੰ ਵੀ ਦੋਸ਼ ਨਹੀਂ ਦੇ ਸਕਦਾ ਵੀ ਉਹਨੇ ਮੈਨੂੰ ਲਵਾਇਆ, ਮੈਂ ਆਪ ਪਹਿਲ ਕੀਤੀ ਚੌੜਬਾਜ਼ੀ 'ਚ ਜਾਂ ਆਪਦੇ ਆਪ 'ਤੇ ਦਿਖਾਉਣ ਦੇ ਲਈ ਕਿ ਮੈਂ ਕਰ ਵੀ ਲਊਂਗਾ ਅਤੇ ਛੱਡ ਵੀ ਦਊਂਗਾ। ਹਾਂਜੀ ਬਿਲਕੁਲ, ਚੌੜਬਾਜ਼ੀ ਹੋਆ ਜੀ ਇਹ ਇੱਕ ਤਰ੍ਹਾਂ ਦੀ, ਤਾਂ ਮੈਂ ਇਹੀ ਕਿਹਾ ਸੀ ਉਹਨਾਂ ਨੂੰ ਵੀ ਮੈਂ ਵੀ ਜਿੱਦਾਂ ਲੋਕ ਕਹਿੰਦੇ ਨੇ ਵੀ ਇਹ ਛੱਡ ਨਹੀਂ ਹੁੰਦਾ, ਬਹੁਤ ਔਖਾ ਛੱਡਣਾ ਲਿਆ ਤੁਹਾਨੂੰ, ਮੈਂ ਛੱਡ ਕੇ ਦਿਖਾਉਣਾ। ਤੂੰ ਮੈਨੂੰ ਪਹਿਲੇ ਦਿਨ ਲਾਇਆ ਜੀ ਤਾਂ ਮਤਲਬ ਓਵਰਡੋਜ਼ ਵਾਲਾ ਕੰਮ, ਜਿੱਦਾਂ ਮੈਨੂੰ ਉਸਤਾਦ ਜੀ ਦੱਸਦੇ ਨੇ ਵੀ ਪਾਣੀ 'ਚ ਬੁਰਕੀਆਂ ਲਾਉਣ ਵਾਲਾ ਕੰਮ ਜੀ, ਰੋਟੀ ਖਾਣ ਟਾਈਮ ਤੇ ਪਾਣੀ 'ਚ ਬੁਰਕੀਆਂ ਲਾਈਆਂ, ਤੈਨੂੰ ਕੋਈ ਸੁਰਤ ਨਹੀਂ ਸੀ, ਤੇ ਉਸ ਤੋਂ ਬਾਅਦ ਰੈਗੂਲਰ ਹੁੰਦੇ ਗਏ ਜੀ, ਹੁੰਦੇ ਗਏ। ਟੀਕਾ ਲਾਇਆ ਸੀ ਪਹਿਲਾਂ ਕਿ ਪੰਨੀ ਦੀ ਇੰਜੈਕਸ਼ਨ ਜੀ? ਪਹਿਲੇ ਦਿਨ ਤੋਂ ਉਹ ਖੁਦ ਇੰਜੈਕਸ਼ਨ ਲਗਾਉਂਦਾ ਸੀਗਾ, ਤੇ ਲਾਇਆ ਵੀ ਮੇਰੇ ਉਹਨੇ ਆ ਜੀ, ਮੈਂ ਖੁਦ ਮੈਨੂੰ ਇੱਦਾਂ ਹੈ ਨਹੀਂ ਸੀ ਲਾਉਣ ਦਾ, ਤਾਂ ਉਸਤਾਦ ਜੀ ਨੇ ਮੇਰੇ ਲਾਇਆ, ਤੇ ਉਸ ਤੋਂ ਬਾਅਦ ਰੈਗੂਲਰ ਚੱਲਦਾ ਗਿਆ ਜੀ। ਫਿਰ ਤਾਂ ਗੈਪ ਬਸ ਇਹੀ ਹੈ, ਜਿਹੜਾ ਜਿੰਨੇ ਟਾਈਮ ਸੈਂਟਰ ਵਗੈਰਾ ਕੱਟੇ ਨੇ ਉਹੀ ਗੈਪ ਆ ਜੀ, ਨਹੀਂ 2021 ਤੱਕ ਦੇ 6ਵੇਂ ਮਹੀਨੇ ਤੱਕ ਕੋਈ ਗੈਪ ਨਹੀਂ, 2021 ਦੇ 6ਵੇਂ ਮਹੀਨੇ ਤੱਕ ਰੈਗੂਲਰ ਲਾਇਆ ਜੀ 2014 ਤੋਂ। ਜਿਵੇਂ ਤੁਸੀਂ ਕਿਹਾ ਕਿ ਮੈਂ ਮੈਨੂੰ ਇਹ ਸੀਗਾ ਕਿ ਮੈਂ ਦਿਖਾਊਂਗਾ ਇਹਨਾਂ ਨੂੰ ਛੱਡ ਕੇ, ਛੱਡ ਦੂੰਗਾ ਮੈਂ ਤਾਂ, ਬਿਲਕੁਲ ਜੀ। ਅਜਿਹਾ ਕੀ ਹੋ ਗਿਆ ਕਿ ਛੱਡਿਆ ਹੀ ਨਹੀਂ ਗਿਆ ਤੁਹਾਡੇ ਤੋਂ? ਉਹ ਆਦੀ ਹੋਣ ਵਾਲਾ ਕੰਮ ਹੋ ਜਾਂਦਾ ਜੀ, ਜਿੱਦਾਂ ਹੁਣ ਜਿੱਦਣ ਨਹੀਂ ਲਾਉਂਦੇ ਸੀਗੇ ਤਾਂ ਮਤਲਬ ਕੰਮ ਨਹੀਂ ਸੀ ਹੁੰਦਾ, ਸਰੀਰ ਥੱਕਣਾ ਮਤਲਬ ਥਕਾਵਟ ਰਹਿੰਦੀ ਸੀ, ਕਿਉਂਕਿ ਬੱਸਾਂ ਦਾ ਕੰਮ ਥੋੜ੍ਹਾ ਹੈਗਾ, 17-17 ਘੰਟੇ ਦਾ ਕੰਮ ਆ, 16 ਘੰਟੇ ਚੱਲਦੀਆਂ ਨੇ ਬੱਸਾਂ, ਆਰਾਮ ਨਾਲ ਥਕਾਵਟ ਹੁੰਦੀ ਸੀ, ਸਰੀਰ ਦੁਖਦਾ ਸੀਗਾ, ਜਾਂ ਮੇਨ ਤਾਂ ਇਹ ਹੁੰਦਾ ਸੀ ਵੀ ਢਿੱਡ 'ਚ ਖਿੱਚਾਂ ਜੀਆਂ ਪਈ ਜਾਂਦੀਆਂ ਨੇ। ਇਹ ਇੱਕ ਜਾਣੀ ਨਸ਼ਾ ਹੀ ਇੱਦਾਂ ਹੁੰਦਾ ਜੀ, ਤੁਸੀਂ ਕੁਛ ਵੀ ਖਾ ਪੀ ਲਓ ਵੀਰ ਜੀ, ਜਦੋਂ ਤੱਕ ਆਪਾਂ ਇਹ ਨਹੀਂ ਕਰਿਆ ਹੁੰਦਾ ਆਪਾਂ ਨੂੰ ਇਹ ਲੱਗੀ ਜਾਂਦਾ ਵੀ ਅੱਜ ਆਪਣੇ ਦਿਨ 'ਚ ਕੋਈ ਕਮੀ ਆ, ਕੋਈ ਆਪਾਂ ਕੁਛ ਰਹਿ ਰਿਹਾ ਵੀ ਜਿਹੜਾ ਅੱਜ ਆਪਾਂ ਟਾਸਕ ਕੀਤਾ ਨਹੀਂ ਹੈਗਾ, ਉੱਧਰ ਨੂੰ ਬਸ ਭੱਜਦਾ ਜੀ ਬੰਦਾ, ਖਿੱਚਣ ਵਾਲਾ ਕੰਮ ਆ ਜੀ। ਠੀਕ ਹੈ ਜੀ। ਹਾਂਜੀ। ਅੱਛਾ, ਜਦੋਂ ਨਸ਼ਾ ਕਰ ਰਹੇ ਸੀ, ਜਿਵੇਂ ਤੁਸੀਂ ਹੌਲੀ ਹੌਲੀ ਆਦੀ ਹੁੰਦੇ, ਤੁਹਾਨੂੰ ਉਸ ਸਮੇਂ ਫੀਲ ਹੁੰਦਾ ਸੀ ਮੈਂ ਇਹ ਕਰਤਾ ਰਿਹਾ ਪਰ ਇਹ ਮੇਰੀ ਜ਼ਿੰਦਗੀ ਗਾਲ ਦੇਗਾ, ਉਸ ਸਮੇਂ ਅੰਦਰ ਚੱਲਦਾ ਸੀ ਤੁਹਾਡੇ? ਇਹ ਫੀਲ ਪਹਿਲਾਂ ਤਾਂ ਨਹੀਂ ਹੋਇਆ ਜੀ, 5-6 ਸਾਲ ਮਤਲਬ 4-5 ਸਾਲ ਤਾਂ ਬਿਲਕੁਲ, ਕਿਉਂਕਿ ਇੱਦਾਂ ਸੀਗਾ ਜੀ ਕੰਡਕਟਰੀ ਲਾਈਨ 'ਚ ਜਿਹੜੇ ਬੰਦਿਆਂ ਨੇ ਪਹਿਲਾਂ ਕੀਤੀ ਉਹਨਾਂ ਨੂੰ ਤਾਂ ਪਤਾ ਜੀ ਪੈਸਾ ਬਹੁਤ ਆ, ਕਿਸੇ ਟਾਈਮ ਤਾਂ ਇਹ 'ਚ ਇੱਦਾਂ ਸੀਗਾ ਜੀ ਗੌਰਮੈਂਟ ਇੰਪਲੋਈ ਤੋਂ ਉੱਪਰ ਸੀਗੇ ਅਸੀਂ, ਗੌਰਮੈਂਟ ਇੰਪਲੋਈ ਵੀ ਸਾਡੇ ਬਰਾਬਰ ਕਮਾ ਨਹੀਂ ਸੀ ਸਕਦਾ, ਪੈਸਾ ਕੋਲ ਖੁੱਲ੍ਹਾ ਰਹਿੰਦਾ ਸੀ, 2500-3000 ਰੁਪਏ ਦਿਹਾੜੀ ਬਣਦੀ ਸੀਗੀ ਜੀ। ਅੱਛਾ। ਅਤੇ ਪੈਸਾ ਖੁੱਲ੍ਹਾ ਰਹਿਣ ਕਰਕੇ 1000-500 ਦਾ ਚਿੱਟਾ ਲਾਉਣਾ ਹੁੰਦਾ ਸੀ, ਵੱਧ ਤੋਂ ਵੱਧ 1500 ਦਾ, ਉਹ ਕਦੇ ਮਹਿਸੂਸ ਨਹੀਂ ਹੋਇਆ, ਘਰੇ ਵੀ ਪੈਸੇ ਪ੍ਰੋਪਰ ਭੇਜਦੇ ਸੀ, ਜੇ ਆਪਾਂ 1500 ਦੇ ਹਿਸਾਬ ਨਾਲ ਵੀ ਭੇਜੀਏ 40-45 ਹਜ਼ਾਰ ਰੁਪਇਆ ਘਰੇ ਭੇਜਦੇ ਸੀਗੇ ਜੀ, ਉਹਨਾਂ ਨੂੰ ਵੀ ਕਦੇ ਕੋਈ ਸ਼ੱਕ ਵਗੈਰਾ ਨਹੀਂ ਇੱਦਾਂ ਹੋਇਆ, 1-2 ਮਹੀਨੇ ਬਾਅਦ 3 ਮਹੀਨੇ ਬਾਅਦ ਘਰ ਆਉਣਾ, ਇੱਕ ਅੱਧੀ ਰਾਤ ਰਹਿਣੀ, ਕਿਉਂਕਿ ਛੁੱਟੀ ਹੈ ਨਹੀਂ ਜੀ ਇਹ ਕੰਮ 'ਚ, ਛੁੱਟੀ ਤਾਂ ਬਿਲਕੁਲ ਵੀ ਹੈ ਨਹੀਂ, ਬਿਲਕੁਲ ਮਹਿਸੂਸ ਨਹੀਂ ਹੋਇਆ। ਜਦੋਂ ਆਪਣੇ ਮੋਗਾ ਕਾਂਡ ਸ਼ਾਇਦ ਤੁਹਾਨੂੰ ਯਾਦ ਹੋਊਗਾ ਜੀ, ਇੱਕ ਔਰਬਿਟ ਦੀ ਬੱਸ 'ਚ ਐਕਸੀਡੈਂਟ ਹੋ ਗਿਆ ਸੀਗਾ ਜੀ, ਕੁੜੀ ਮਰ ਗਈ ਸੀ ਬੱਸ 'ਚੋਂ ਗਿਰ ਕੇ, ਮੋਗਾ ਕਾਂਡ ਹੋਇਆ ਤਾਂ ਬੱਸਾਂ ਰੁਕ ਗਈਆਂ, ਬੱਸਾਂ ਰੁਕੀਆਂ ਹੋਈਆਂ, ਉਦੋਂ ਮੈਂ ਘਰੇ ਲਾ ਕੇ ਗਿਆ ਜੀ ਇੱਕ ਹਫ਼ਤਾ, ਬਹੁਤ ਪਰੇਸ਼ਾਨੀ ਉਦੋਂ ਹੋਇਆ ਵੀ ਮੈਂ ਕਿੱਥੇ ਫਸ ਗਿਆ ਯਾਰ, ਤਾਂ ਬਹੁਤ ਬੜਾ ਪੰਗਾ ਲੈ ਲਿਆ। ਚਲੋ ਫਿਰ ਬੱਸ 'ਤੇ ਚਲੇ ਗਏ ਜੀ, ਫਿਰ ਉੱਦਾਂ ਰੈਗੂਲਰ ਚੱਲਦਾ ਰਿਹਾ, ਅਤੇ ਜਦੋਂ ਇਹ ਜੋਬ ਛੱਡੀ ਤਾਂ ਫਿਰ ਬਹੁਤ ਮੁਸ਼ਕਲ ਆਈਆਂ ਜੀ, ਫਿਰ ਜਾਣੀ ਹੱਥਾਂ ਕੰਨਾਂ ਨੂੰ ਹੱਥ ਲੱਗਣ ਵਾਲਾ ਹੀ ਕੰਮ ਹੋਇਆ ਜੀ। ਤੁਸੀਂ ਨਸ਼ਾ ਕਰਕੇ ਹੀ ਡਿਊਟੀ ਕਰਦੇ ਹੁੰਦੇ ਸੀ ਕੰਡਕਟਰੀ? ਬਿਲਕੁਲ ਜੀ, ਮੈਂ ਖੁੱਲ੍ਹ ਕੇ ਦੱਸਣਾ ਚਾਹੁੰਦਾ ਜੀ, ਅੱਜ ਦੇ ਟਾਈਮ 'ਚ ਵੀ 100-80% ਕਰਦੇ ਹੋਣਗੇ ਜੀ ਕੰਡਕਟਰ ਡਰਾਈਵਰ, ਡਰਾਈਵਰ ਨਹੀਂ ਜੀ ਮੈਂ ਕਹਿ ਸਕਦਾ, ਕੰਡਕਟਰ ਜਾਂ ਜਿੱਦਾਂ ਮੇਰਾ ਭਾਈਚਾਰਾ ਸੀਗਾ ਕੰਡਕਟਰਾਂ ਦਾ, ਮੇਰੀ ਜ਼ਿਆਦਾ ਬਹਿਣਾ ਔਖਣਾ ਸੀ, ਕਿਉਂਕਿ ਡਰਾਈਵਰਾਂ ਦਾ ਨਹੀਂ ਹੁੰਦਾ ਇੰਨਾ ਜੀ, ਕਰਦੇ ਹੋਣਗੇ ਜੀ, ਕਰਦੇ ਨੇ, ਕਰਦੇ ਹੋਣਗੇ, ਨਹੀਂ ਕਰਦੇ ਨੇ ਜੀ। ਕਾਰਨ ਮਤਲਬ ਉਹਨਾਂ ਨੂੰ ਐਨਰਜੀ ਚਾਹੀਦੀ, ਉਹਨਾਂ ਨੂੰ ਵੀ ਮਤਲਬ ਸੁਸਤੀ ਫੀਲ ਹੁੰਦੀ ਹੈ? ਕਾਰਨ ਮੇਰੇ ਵੈਸੇ ਇਹ ਸੁਣਿਆ ਜਾਂਦਾ ਨਾ ਜਿਹੜੇ ਡਰਾਈਵਰ ਹੋ ਗਏ ਜਾਂ ਉਹਨਾਂ ਦੇ ਹੈਲਪਰ ਹੋ ਗਏ ਕੰਡਕਟਰ ਹੋ ਗਏ, ਵੱਧ ਤੋਂ ਵੱਧ ਭੁੱਕੀ ਹੈ ਨਾ, ਇੱਧਰ ਨੂੰ ਪੋਸਟ ਫੀਮਾ ਵਗੈਰਾ ਇਹ ਕਰਦੇ, ਚਿੱਟੇ ਵਾਲਾ
ਜਿਵੇਂ ਤੁਸੀਂ ਅੱਜ ਦੱਸ ਰਹੇ ਹੋ ਕਿ ਕਰਦੇ ਕੰਡਕਟਰੀ ਲਾਈਨ ਦਾ ਇੱਦਾਂ ਜੀ, ਜਿਹੜੇ ਤਾਂ ਬੜਾ ਡਰਾਈਵਰੀ ਲਾਈਨ ਦਾ ਜਿਹੜੇ ਕੰਮ 'ਚ ਸੀਗੇ ਨੇ ਹੈਗੇ ਮਤਲਬ ਜ਼ਿਆਦਾ ਪੁਰਾਣੇ ਨੇ, ਕਿਉਂਕਿ ਨਵਾਂ ਮੁੰਡਾ ਕੋਈ ਆ ਨਹੀਂ ਰਿਹਾ ਜੀ, ਨਵੇਂ ਮੁੰਡੇ ਹੈਗੇ ਨੇ ਬਹੁਤ ਥੋੜ੍ਹੇ, ਜਿਹੜੇ ਨਵੇਂ ਮੁੰਡੇ ਨੇ ਜ਼ਿਆਦਾਤਰ ਮਤਲਬ ਪੁਰਾਣੇ ਤਾਂ ਸਭ ਭੁੱਕੀ ਵਗੈਰਾ ਜਿੱਦਾਂ ਤੁਸੀਂ ਕਹਿ ਰਹੇ ਹੋ ਫੀਮ ਵਗੈਰਾ ਖਾਂਦੇ ਨੇ ਜੀ, ਮੈਂ ਦੇਖੇ ਨੇ ਖੁਦ ਖਾਂਦੇ, ਬਟ ਨਵੇਂ ਤਾਂ ਸਾਰੇ ਇੱਧਰ ਹੀ ਨੇ ਜੀ ਆਹੀ ਲਾਈਨ 'ਚ ਨੇ। ਠੀਕ ਹੈ। ਖੁਦ ਵੀ ਮੈਂ ਤਕਰੀਬਨ ਜਾਣਦਾ ਹੋਊਂਗਾ 20 ਤੋਂ 25 ਮੁੰਡਿਆਂ ਨੂੰ ਕਨੈਕਟ ਕਰਦੇ ਨੇ ਇਸ ਟਾਈਮ, ਕੰਮ ਵੀ ਵਧੀਆ ਕਰ ਰਹੇ ਨੇ, ਪਰ ਉਹ ਯੂਜ਼ ਆਦੀ ਹੋ ਚੁੱਕੇ ਨੇ ਇਹ ਚੀਜ਼ ਦੇ। ਤੁਹਾਨੂੰ ਮਿਲਦਾ ਕਿੱਥੋਂ ਸੀਗਾ ਨਸ਼ਾ, ਕਿਉਂਕਿ ਡਿਊਟੀ 'ਚ ਜਾ ਰਹੇ ਹੋ ਤੁਸੀਂ ਜਿਵੇਂ ਦੱਸਿਆ, ਟਾਈਮ ਹੀ ਨਹੀਂ ਹੁੰਦਾ ਤੁਹਾਡੇ ਕੋਲ, ਹਾਂਜੀ, ਫਿਰ ਲੈ ਕੇ ਕਿੱਥੋਂ ਆਉਂਦੇ ਸੀ, ਕਿਉਂਕਿ ਸਾਰਾ ਦਿਨ ਤਾਂ ਬੱਸ 'ਚ ਲੰਘ ਜਾਂਦਾ ਨਸ਼ਾ ਭਾਅ ਜੀ। ਜਾਂ ਤਾਂ ਸੁਬਹਾ ਬੱਸ ਚੱਲਣ ਤੋਂ ਪਹਿਲਾਂ ਲੈ ਕੇ ਆਉਣਾ ਜੀ ਜਾ ਕੇ, ਕਿਉਂਕਿ ਇਹ ਤਾਂ ਡੇਲੀ ਦੀ ਡੇਲੀ ਵਾਲਾ ਸਿਸਟਮ ਆ ਜੀ, ਭੁੱਕੀ ਦਾ ਬੰਦਾ ਇਕੱਠੀ ਲਿਆ ਕੇ ਰੱਖ ਲੂ ਜਾਂ ਕੋਈ ਹੋਰ ਨਸ਼ਾ ਵਗੈਰਾ ਇਕੱਠਾ ਲਿਆ ਕੇ ਰੱਖ ਲੂ, ਇਹ ਤਾਂ ਡੇਲੀ ਦੀ ਡੇਲੀ ਸਿਸਟਮ ਆ ਜੀ। ਜਾਂ ਤਾਂ ਸੁਬਹਾ ਬੱਸ ਚੱਲਣ ਤੋਂ ਪਹਿਲਾਂ ਲੈ ਕੇ ਆਉਣਾ ਜਾ ਕੇ, ਜਾਂ ਸ਼ਾਮਾਂ ਨੂੰ ਬੱਸ ਖੜਨ ਤੋਂ ਬਾਅਦ ਰਾਤ ਨੂੰ। ਕਿੱਥੋਂ ਲਿਆਉਂਦੇ, ਕਿੱਥੋਂ ਸੀ? ਬਲ ਮਿਲ ਜਾਂਦਾ ਜੀ ਲੋਕਲ ਕਿਸੇ, ਅੱਜ ਕੱਲ੍ਹ ਹਰ ਇੱਕ ਸ਼ਹਿਰ 'ਚ ਅਵੇਲੇਬਲ ਆ, ਕਿੱਥੇ ਨਹੀਂ ਹੈਗਾ ਜੀ। ਸਰਕਾਰਾਂ ਕਹੀ ਤਾਂ ਜਾਂਦੀਆਂ ਬੰਦ ਹੋ ਗਿਆ, ਮੈਂ ਤੁਹਾਨੂੰ ਮੈਂ ਆਪਣੇ ਖੁਦ ਦੇ ਸ਼ਹਿਰ ਦੀ ਗੱਲ ਦੱਸਦਾ ਜੀ, ਸਾਡੇ ਖੁਦ ਦੇ ਸ਼ਹਿਰ 'ਚ ਸ਼ਹਿਰ ਖੰਨੇ ਮਿਲਦਾ ਅੱਜ ਵੀ, ਹਾਂਜੀ ਮਿਲ ਰਿਹਾ, ਚੱਕਦੇ ਨੇ ਪੁਲਿਸ, ਚੱਕਦੀ ਆ, ਕਾਰਵਾਈ ਵੀ ਕਰਦੀ ਆ ਜੀ, ਬਹੁਤ ਕਾਰਵਾਈ ਹੁੰਦੀ ਆ, ਪਰ ਅੱਜ ਚੱਕ ਲਿਆ ਜੀ, ਕੱਲ੍ਹ ਨੂੰ ਫਿਰ ਮਿਲ ਰਿਹਾ ਉਹਨਾਂ ਤੋਂ, ਸ਼ਰੇਆਮ ਵਿਕ ਰਿਹਾ ਜੀ। ਤੁਹਾਨੂੰ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਉਸਤਾਦ ਤੋਂ ਹੀ ਤੁਸੀਂ ਇਹ ਸਟਾਰਟ ਕਰ ਲਿਆ ਜਿੱਥੋਂ ਤੁਸੀਂ ਕੰਮ ਸਿੱਖਣ ਗਏ ਸੀ, ਹਾਂਜੀ, ਤੁਹਾਨੂੰ ਇਸ ਪੀਰੀਅਡ ਦੌਰਾਨ ਕਿਸੇ ਨੇ ਕਿਹਾ ਨਹੀਂ ਕਿ ਯਾਰ ਤੂੰ ਗਲਤ ਕੰਮ ਕਰ ਰਿਹਾ ਨਾ ਕਰ, ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਸੀ ਤੁਸੀਂ, ਕਿ ਬਹੁਤ ਪਤਾ ਵੀ ਸੀ ਪਰ ਕੋਈ ਰੋਕਦਾ ਨਹੀਂ ਸੀ? ਮੇਰਾ ਸਿਸਟਮ ਇਹ ਸੀਗਾ ਜੀ, ਮੈਂ ਬਹੁਤ ਮਤਲਬ ਲਿਮਿਟ ਦੇ ਰਹਿੰਦਾ ਸੀਗਾ, ਮੈਨੂੰ ਮੇਰੀ ਲਿਮਿਟ ਦਾ ਜਿੱਦਾਂ ਹਰ ਇੱਕ ਬੰਦੇ ਨੂੰ ਪਤਾ, ਓਵਰ ਲਿਮਿਟ ਨਹੀਂ ਜੀ ਕਦੇ ਹੋਇਆ, ਬਸ ਓਨਾ ਕੁ ਵੀ ਸਰੀਰ ਚੱਲਣ ਜੋਗਾ, ਪਹਿਲਾਂ 500, ਉਹ ਥੋੜ੍ਹੀ ਡੋਜ਼ ਵੱਧਦੀ ਗਈ 1000-1500, ਯਾਨੀ ਇੱਥੇ ਤੱਕ ਮੇਰਾ ਪਤਾ ਨਹੀਂ ਸੀ ਲੱਗਦਾ, ਘਰੇ ਤਾਂ ਜੀ ਮੇਰੇ ਪਤਾ ਹੀ ਨਹੀਂ ਲੱਗਿਆ, ਤਕਰੀਬਨ 5 ਸਾਲ ਨਹੀਂ ਪਤਾ ਲੱਗਿਆ ਵੀ ਮੈਂ ਕੋਈ ਨਸ਼ਾ ਵਗੈਰਾ ਕਰਦਾ। ਜਦੋਂ ਮੈਂ ਕੰਮ ਛੱਡ ਕੇ ਆਇਆ ਜੀ, ਮੈਂ ਖੁਦ ਆਪਣੇ ਆ ਕੇ ਬਾਪੂ ਜੀ ਨੂੰ ਦੱਸਿਆ ਵੀ ਬਾਪੂ ਜੀ ਮੈਂ ਆਹ ਇੱਦਾਂ ਇਹ ਚੀਜ਼ 'ਚ ਫਸ ਚੁੱਕੇ ਹਾਂ ਵੀ ਮੈਂ ਬਹੁਤ ਔਖਾ, ਮੈਨੂੰ ਕੋਈ ਇਲਾਜ ਦਵਾਈ ਵਗੈਰਾ ਦਵਾਓ, ਇੱਦਾਂ ਵੀ ਮੇਰੇ ਤੋਂ ਘਰੇ ਰਹਿ ਨਹੀਂ ਹੁੰਦਾ, ਮੈਂ ਘਰੋਂ ਭੱਜਦਾ ਸੀਗਾ ਜੀ, ਉਹ ਪੁੱਛਦੇ ਸੀ ਵੀ ਚੱਕਰ ਕੀ ਆ ਤੂੰ ਘਰੇ ਕਿਉਂ ਨਹੀਂ ਰਹਿ ਕੇ ਰਾਜੀ, ਤੇ ਲੋਕਲ ਕੰਮ ਕਰ ਲਾ ਕੋਈ, ਤੂੰ ਬਠਿੰਡੇ ਜਾਂਦਾ ਜਾਂ ਹੁਸ਼ਿਆਰਪੁਰ, ਮੈਂ ਉਹ ਤੋਂ ਬਾਅਦ ਇੱਕ ਕੰਪਨੀ 'ਚ ਕੰਮ ਕੀਤਾ ਜੀ, ਲੁਧਿਆਣੇ ਦੀ ਇੱਕ ਕੰਪਨੀ 'ਚ ਕੀਤਾ, ਬਸ ਕੰਪਨੀ 'ਚ। ਇਹ ਸ਼ਰਮ ਰਹਿੰਦੀ ਸੀ ਅੰਦਰ ਕਿ ਯਾਰ ਮੈਂ ਘਰੇ, ਮੇਰੇ ਘਰੇ ਨਾ ਪਤਾ ਲੱਗ ਜੇ, ਠੀਕ ਆ ਮੇਰੇ ਜੋ ਮੈਂ ਲੱਗਿਆ, ਉਹ ਸ਼ਰਮ ਰਹਿੰਦੀ ਸੀ ਕਿ ਮੇਰੀ ਮਾਂ ਨੂੰ ਨਾ ਪਤਾ ਲੱਗ ਜੇ, ਮੇਰੇ ਪਿਓ ਨੂੰ, ਮੇਰੇ ਭੈਣ ਭਰਾ ਨੂੰ, ਮੇਰੇ ਆਂਢ ਗੁਆਂਢ ਚਾਚੇ ਤਾਏ ਨੂੰ, ਉਹ ਸ਼ਰਮ ਹੁੰਦੀ ਸੀਗੀ? ਸ਼ਰਮ ਬਾਜੀ ਡਰ ਬਹੁਤ ਰਹਿੰਦਾ ਜੀ ਇਹ ਚੀਜ਼ ਦਾ, ਕਿਉਂਕਿ ਸਭ ਤੋਂ ਮੇਨ ਗੱਲ ਆ ਜੀ, ਮੈਂ ਖੁਦ ਇਹ ਚੀਜ਼ ਦੇਖੀ ਆ, ਮੈਂ ਨਿਕਲਿਆ ਇਹਦੇ ਵਿੱਚੋਂ, ਚਿੱਟੇ ਵਾਲੇ ਬੰਦੇ 'ਤੇ ਜੀ ਕੋਈ ਯਕੀਨ ਨਹੀਂ ਕਰਦਾ, ਤੁਹਾਡਾ ਸਕਾ ਪਿਓ ਵੀ ਤੁਹਾਨੂੰ ਯਕੀਨ ਨਹੀਂ ਕਰਦਾ ਜੀ ਤੁਹਾਡੇ 'ਤੇ, ਉਹਨੇ ਤੁਹਾਨੂੰ 200 ਰੁਪਇਆ ਵੀ ਦੇਣਾ ਨਾ ਕੋਈ ਪੈਟਰੋਲ ਪਵਾਉਣ ਨੂੰ ਦੇਣਾ, ਉਹ ਵੀ ਸੋਚੂ ਵੀ ਇਹਦੇ ਵਿੱਚੋਂ ਇਹ ਕਿਤੇ ਪਵਾ ਕੇ ਵੀ ਲਿਆਓ ਪੂਰਾ, ਜਾਂ ਇਹਦੇ ਵਿੱਚੋਂ ਖਾਊ ਪੈਸੇ। ਸਭ ਤੋਂ ਵੱਡੀ ਚੀਜ਼ ਹੈ ਯਕੀਨ ਟੁੱਟ ਜਾਂਦਾ, ਯਕੀਨ ਤਾਂ ਕੋਈ ਆਪਣਾ ਸਕਾ ਵੀ ਨਹੀਂ ਕਰਦਾ ਇਹ ਚੀਜ਼ ਬੰਦੇ 'ਤੇ, ਬੰਦੇ ਕਹਿ ਤਾਂ ਬਹੁਤ ਦਿੰਦਾ ਮੇਰੀ ਬਣੀ ਹੋਈ ਆ, ਮੇਰੇ ਯਾਰ ਦੋਸਤ ਨੇ, ਪਰ ਯਕੀਨ ਬਿਲਕੁਲ ਖਤਮ ਹੋ ਜਾਂਦਾ। ਇਹਨਾਂ ਦਿਨਾਂ ਜਦੋਂ ਉਦੋਂ ਦਿਨ ਸੀਗੇ ਜਦੋਂ ਤੁਸੀਂ ਡਰਾਈਵਰੀ ਕਰ ਰਹੇ ਸੀ, ਕੁਝ ਨਵੇਂ ਮੁੰਡੇ ਵੀ ਤੁਸੀਂ ਦੇਖੇ ਵੀ ਤੁਹਾਡੇ ਕੋਲ ਆਏ? ਹਾਂਜੀ, ਉਹ ਆਪ ਲੱਗੇ ਜਾਂ ਤੁਸੀਂ ਵੀ ਲਾਏ ਜਾਂ ਤੁਹਾਡੇ ਨਾਲ ਦਿਆਂ ਨੇ ਲਵਾਇਆ ਉਹਨਾਂ ਨੂੰ, ਜਿਵੇਂ ਕਹਿੰਦੇ ਨਾ ਵੀ ਇੱਕ ਨਸ਼ਾ ਕਰਨ ਵਾਲਾ ਫਿਰ ਨਵੇਂ ਬੰਦੇ ਲੱਭਦਾ ਵੀ ਇਹਨੂੰ ਲਵਾ ਦਈਏ ਫਿਰ ਇਹ ਅੱਗੋਂ ਕਰਿਆ ਕਰੇਗਾ। ਉਹ ਕਹਾਵਤ ਮਸ਼ਹੂਰ ਹੈ ਜੀ, ਬੂਟਾ ਲਾ ਦਈਏ ਆਪਾਂ ਨੂੰ ਫਲ ਦਊਗਾ। ਹਾਂਜੀ ਉਹੀ ਗੱਲ, ਪਰ ਆਪਾਂ ਲਾਇਆ ਨਹੀਂ ਜੀ ਕਦੇ ਬੂਟਾ ਕੋਈ, ਇਹ ਮੈਂ ਤੁਹਾਡੇ ਆਸੇ ਪਾਸੇ ਹੋਇਆ ਹੋਵੇ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਹੀ ਮੰਨਣ ਵਾਲੀ ਗੱਲ ਆ ਜੀ, ਆਪਾਂ ਕਦੇ ਹਟਾਇਆ ਜ਼ਰੂਰ ਹੋਊ, ਸਮਝਾਇਆ ਜ਼ਰੂਰ ਹੋਊ ਕਿਸੇ ਨੂੰ, ਪਰ ਕਿਉਂਕਿ ਮੈਨੂੰ ਪਤਾ ਸੀਗਾ ਜੀ ਮੈਂ ਖੁਦ ਫਸਿਆ ਹੋਇਆ ਵੀ ਰੋਜ਼ ਦਾ 1500 ਰੁਪਏ ਦਾ ਬੰਦਾ ਹੱਲ ਕਿੱਥੋਂ ਕਰਨਾ, ਤੇ ਫਿਰ ਕੱਲ੍ਹ ਨੂੰ ਇਹ ਫਸੂ ਇੱਦਾਂ ਹੋਊ,
ਮੈਂ ਇਹ ਕੰਮ ਮੈਂ ਦੇਖਿਆ ਨਹੀਂ ਜੀ ਕੋਈ ਇੱਦਾਂ ਕੋਈ ਕਿਸੇ ਨੂੰ ਧੱਕੇ ਨਾਲ, ਯਾਨੀ 100 ਚੋਂ ਮੈਂ ਇਹ ਗੱਲ ਕਹਿੰਦਾ ਜੀ 90% ਆਪਣੇ ਆਪ ਲੱਗਦੇ ਨੇ ਜੀ ਚੌੜ 'ਚ, ਕੋਈ ਕਿਸੇ ਨੂੰ ਧੱਕੇ ਨਾਲ ਲਵਾ ਨਹੀਂ ਸਕਦਾ। ਇਹ ਕਿਹਾ ਜਾਂਦਾ ਨਾ ਵੀ ਤੁਸੀਂ ਜੇ ਉਹੋ ਜਿਹੀ ਸੰਗਤ 'ਚ ਰਹੋਗੇ ਤਾਂ ਲੱਗ ਜੂ। ਹਾਂਜੀ ਇਹ ਫਰਕ ਪੈਂਦਾ ਜੀ, ਸੰਗਤ ਦਾ ਬਹੁਤ ਜ਼ਿਆਦਾ ਫਰਕ ਪੈਂਦਾ, ਕਿਉਂਕਿ ਆਪਣੇ ਕੋਲ ਕੋਈ ਬੈਠਾ ਦਾਰੂ ਵਾਲਾ, ਡਰਿੰਕਿੰਗ ਵਾਲਾ, ਚਾਹੇ ਕੋਈ ਨਸ਼ੇ ਹੋਰ ਵਾਲਾ, ਉਹ ਡੇਲੀ ਕਰ ਰਿਹਾ ਤਾਂ ਆਪਣੇ ਕੋਈ ਵੀ ਬੰਦਾ ਉਹਦੇ ਮਨ 'ਚ ਆਉਂਦੀ ਹੈ ਵੀ ਇੱਦਾਂ ਦੇ 'ਚ ਕੀ ਆ, ਵੀ ਇਹ ਛੱਡ ਕਿਉਂ ਨਹੀਂ ਰਿਹਾ ਇਹਨੂੰ, ਇੱਦਾਂ ਦਾ ਕੀ ਆ, ਮੈਂ ਵੀ ਆਹੀ ਚੱਕਰ 'ਚ ਫਸਿਆ ਜੀ, ਮੈਂ ਦੇਖਾਂ ਟਰਾਈ ਕਰਕੇ ਵੀ ਇਹ ਕਿਉਂ ਨਹੀਂ ਛੱਡ ਸਕਦਾ। ਅੱਛਾ ਇੱਦਾਂ ਹੋਇਆ ਵੀ ਤੁਸੀਂ ਸੋਚਿਆ ਹੋਵੇ ਕਿ ਮੈਂ ਹੁਣ ਛੱਡ ਦੇਣਾ ਅਤੇ ਤੁਸੀਂ ਸੈਂਟਰ 'ਚ ਗਏ ਹੋ, ਹਾਂਜੀ ਉੱਥੇ ਕੁਝ ਮਹੀਨੇ ਲਾਏ ਤੋਂ ਤੁਸੀਂ ਵਾਪਸੀ ਆਈ ਅਤੇ ਫਿਰ ਦੁਬਾਰਾ ਲੱਗ ਗਏ? ਭਾਅ ਜੀ ਸੈਂਟਰਾਂ ਦਾ ਕੰਮ ਇਹ ਆ ਜੀ, ਮੈਂ ਤਕਰੀਬਨ 100 ਦੇ ਕਰੀਬ ਬੰਦੇ ਤੁਹਾਨੂੰ ਗਣਾ ਸਕਦਾ ਜੀ ਬਾਏ ਨੇਮ, ਜਿਨ੍ਹਾਂ ਨੇ ਸੈਂਟਰ ਕੱਟੇ ਨੇ ਪਰ ਨਸ਼ਾ ਅੱਜ ਵੀ ਕਰ ਰਹੇ ਨੇ ਸੈਂਟਰਾਂ 'ਚ। ਸੈਂਟਰਾਂ 'ਚ ਭਾਅ ਜੀ ਇੱਦਾਂ ਜਿਹੜਾ ਸਰਕਾਰੀ ਸੈਂਟਰ ਆ ਜਾਂਦੇ ਨੇ ਜੀ, ਐਨੇ ਦੇ ਸੈਂਟਰ ਵੱਜਦੇ ਨੇ, ਅਰਧ ਸਰਕਾਰੀ ਸੈਂਟਰ ਹੁੰਦੇ ਨੇ ਅੱਜ ਕੱਲ੍ਹ ਤਾਂ ਜ਼ਿਲ੍ਹੇ ਦੇ ਵਿੱਚ ਸਰਕਾਰੀ ਹੋਸਪਿਟਲਾਂ 'ਚ ਵੀ ਅਵੇਲੇਬਲ ਨੇ, ਪਰ ਬਟ ਜਿਹੜੇ ਐਨੇ ਦੇ ਸੈਂਟਰ ਨੇ ਉਹ ਸਹੀ ਨੇ ਜੀ ਕੁਛ ਹੱਦ ਤੱਕ, ਉੱਥੇ ਕੌਂਸਲਿੰਗ ਵਗੈਰਾ ਹੁੰਦੀ ਆ, ਉਹ ਦਿਮਾਗ ਦਾ ਮਾਨਸਿਕ ਰੋਗਾਂ ਦਾ ਡਾਕਟਰ ਵਗੈਰਾ ਉਹਨਾਂ ਨੇ ਰੱਖਿਆ ਹੁੰਦਾ, ਬਟ ਇੱਕ ਅੱਜ ਕੱਲ੍ਹ ਚੱਲ ਰਹੇ ਨੇ ਜੀ ਪੰਜਾਬ 'ਚ ਵਿਦਿਆਲਿਆ ਦੇ ਨਾਮ 'ਤੇ ਸੈਂਟਰ ਰਜਿਸਟਰਡ, ਉਹਨਾਂ ਨੇ ਗੁਰਮਤਿ ਵਿਦਿਆਲਿਆ ਦੇ ਨਾਮ 'ਤੇ ਕਰਾਉਣਾ, ਧੱਕੇ ਨਾਲ ਘਰੋਂ ਮੁੰਡੇ ਘਰ ਦੇ ਚੁਕਾਉਂਦੇ ਨੇ ਜੀ, ਉਹ ਤਾਂ ਲੈ ਕੇ ਜਾਣਾ ਚੱਕ ਕੇ, ਉਹਨਾਂ ਤਾਂ ਪੈਸੇ ਚਾਹੀਦੇ ਨੇ, 15,000 ਰੁਪਈਆ ਫੀਸ ਆ ਜੀ ਉਹਨਾਂ ਦੀ ਮਹੀਨੇ ਦੀ, ਉਹਨਾਂ ਨੇ ਤੁਹਾਨੂੰ ਧੱਕੇ ਨਾਲ ਲੈ ਜਾਣਾ ਚੱਕ ਕੇ, ਤੁਹਾਡੀ ਮਰਜ਼ੀ ਹੈ ਨਹੀਂ ਹੈ ਘਰਦਿਆਂ ਨੇ ਚੁਕਵਾ ਤਾ, ਤੁਹਾਨੂੰ ਲੈ ਜਾਣਾ ਉੱਥੇ ਜਾ ਕੇ। ਇਹ ਸਿਸਟਮ ਇੰਨਾ ਕੁ ਬੰਦੇ ਨੂੰ ਪਰੇਸ਼ਾਨ ਕਰ ਦਿੰਦੇ ਨੇ ਜੀ, ਉਹ ਦਿਮਾਗੀ ਤੌਰ 'ਤੇ ਜਾਂ ਤਾਂ ਬੰਦਾ ਮੈਂਟਲ ਹੋ ਕੇ ਨਿਕਲਦਾ ਜੀ ਉੱਥੋਂ, ਅਤੇ ਜਾਂ ਜਦੋਂ ਨਿਕਲਦਾ ਹਰ ਟਾਈਮ ਇਹੀ ਸੋਚਦਾ, ਉਹਦੇ ਮਨ ਦੇ ਅੰਦਰ ਇੱਕ ਕਿਹੜ ਜੀ ਬਣੀ ਜਾਂਦੀ ਹੈ ਵੀ ਮੈਂ ਜਾ ਕੇ ਕਰਨਾ ਹੀ ਕਰਨਾ, ਇੰਨਾ ਧੱਕਾ ਇੰਨਾ ਨਜਾਇਜ਼ ਹੋਇਆ, ਇਹ ਹੋਇਆ ਉਹ ਹੋਇਆ, ਮੈਂ ਆਪਣੇ ਖੁਦ ਹੀ ਦੱਸ ਰਿਹਾ ਜੀ। ਹੁਣ ਜਦੋਂ ਮੈਂ ਪਹਿਲੀ ਵਾਰ ਸੈਂਟਰ ਗਿਆ ਜੀ, ਮੇਰੇ 6 ਮਹੀਨੇ ਲੱਗੇ ਉੱਥੇ, ਮਤਲਬ ਮੇਰੇ ਘਰਦਿਆਂ ਨੇ ਮੈਨੂੰ ਚੁਕਾਇਆ, ਫੋਰਸਫੁਲੀ ਚੁਕਾਇਆ, ਜਿੱਦਾਂ ਵੀ 6 ਮਹੀਨੇ ਲੱਗੇ, ਤਾਂ ਮੈਂ 4 ਮਹੀਨੇ ਬਾਅਦ ਜੀ ਮੈਨੂੰ ਸੂਰਜ ਦੇਖਿਆ ਸੀ ਮੈਂ। ਅੱਛਾ ਜੀ, ਮਤਲਬ ਉਹਨਾਂ ਨੇ ਤੁਹਾਨੂੰ ਅੰਦਰ ਬੰਦੇ ਰੱਖਣਾ ਕਮਰੇ 'ਚ, ਸੂਰਜ ਦਾ ਤੁਸੀਂ ਸੋਚ ਵੀ ਨਹੀਂ ਸਕਦੇ। ਉਹ ਵੀ 4 ਮਹੀਨਿਆਂ ਬਾਅਦ ਮੇਰੇ ਪਾਪਾ ਮੈਨੂੰ ਮਿਲਣ ਆਏ, ਤਾਂ ਮੈਨੂੰ ਬਾਹਰ ਕੱਢ ਲਿਆ ਥੋੜ੍ਹਾ ਜਿਹਾ। ਕੁੱਟਦੇ ਮਾਰਦੇ ਵੀ ਆ? ਕੁੱਟ ਬਿਲਕੁਲ ਪੈਂਦੀ ਆ ਭਾਜੀ, ਕੁੱਟ ਬਿਨਾਂ ਤਾਂ ਉੱਥੇ ਕੰਮ ਹੀ ਨਹੀਂ ਚੱਲ ਸਕਦਾ। ਹੁਣ 2 ਬੰਦੇ ਸੈਂਟਰ ਦੇ ਮਾਲਕ ਨੇ, ਉਹਨਾਂ ਨੇ 70 ਬੰਦਿਆਂ ਨੂੰ ਕੰਟਰੋਲ ਕਰਨਾ, ਜੇ ਉਹਨਾਂ ਦਾ ਕੋਈ ਡਰ ਹੋਊ ਕੁੱਟ ਦਾ ਤਾਂ ਕੰਟਰੋਲ ਕਰ ਸਕਦੇ ਨੇ ਉਹ, ਨਹੀਂ ਤਾਂ ਮੈਂ ਕੁੱਟਾ ਪੈਂਦੀ ਦੇਖੀ ਜੀ। ਉਹਨਾਂ ਦੀ ਜਿਹੜੀ ਪੁਲਸੀ ਆ ਕੁੱਟ, ਜਿੰਨਾ ਆਪਾਂ ਕਹਿ ਦਿੰਦੇ ਹਾਂ, ਤੁਸੀਂ ਤੁਹਾਨੂੰ ਹੁਣ ਕੁੱਟਣਗੇ, ਤੁਹਾਨੂੰ ਘੰਟੇ ਬਾਅਦ ਕਿਸੇ ਨੂੰ ਮਿਲਾ ਦੀਏ, ਤੁਹਾਡੇ ਸਰੀਰ 'ਤੇ ਨਿਸ਼ਾਨ ਨਹੀਂ ਹੋਊ ਕੋਈ, ਇਹ ਹਿਸਾਬ ਨਾਲ ਕੁੱਟਦੇ ਨੇ। ਅਤੇ ਕੁੱਟ ਵੀ ਇੰਨੀ ਭੈੜੀ ਆ ਜੀ, ਬੰਦਾ ਦਾ ਮਤਲਬ ਉਹ ਕੁੱਟਦੇ ਨੇ ਪੈਰਾਂ ਦੀਆਂ ਤਲੀਆਂ, ਲੱਤਾਂ ਫੜ ਕੇ ਉਹਨਾਂ ਨੇ ਪੈਰ ਥੱਲੋਂ ਕੁੱਟਣੇ ਨੇ, ਉਹਦੀ ਮਾਰ ਇੱਥੇ ਤੱਕ ਜਾਂਦੀ ਹੈ ਜੀ ਸਿਰ ਤੱਕ, ਸਾਰਾ ਸਰੀਰ ਦੁਖਦਾ। ਤਲੀਆਂ ਹੀ ਕੁੱਟਦੇ? ਹਾਂਜੀ, ਤਲੀਆਂ ਕੁੱਟਣੀਆਂ ਨੇ ਜਾਂ ਉੱਥੇ ਸਜਾਉਣ, ਡੰਡੇ ਨਾਲ? ਡੰਡੇ ਨਾਲ ਜੀ, ਬਿਲਕੁਲ, ਜਦ ਤੱਕ ਡੰਡਾ ਟੁੱਟਦਾ ਨਹੀਂ, ਜਾਂ ਬੰਦਾ ਬੇਹੋਸ਼ ਨਹੀਂ ਹੁੰਦਾ, ਜਾਂ ਜਦ ਤੱਕ ਉਹਨਾਂ ਦਾ ਗੁੱਸਾ ਨਹੀਂ ਉਤਰਦਾ। ਗਲਤੀਆਂ ਉੱਥੇ ਕੀ ਕਰਦਾ ਜੀ ਬੰਦਾ, ਥੋੜ੍ਹੀਆਂ ਬਹੁਤੀਆਂ ਗਲਤੀਆਂ ਹੁੰਦੀਆਂ ਨੇ, ਜਿੱਦਾਂ ਹੁਣ 8 ਰੋਟੀਆਂ ਹਰ ਇੱਕ ਨੂੰ ਅਲਾਊਡ ਨੇ ਜੀ, 8 ਖਾਣੀਆਂ ਨੇ ਤੁਹਾਨੂੰ, 10 ਦੀ ਭੁੱਖ 20 ਦੀ 8 ਹੀ ਮਿਲਣੀਆਂ ਨੇ। ਤੁਸੀਂ ਆਪਣੇ ਨਾਲ ਦੇ ਤੋਂ ਉਹਦੇ ਕੋਲ ਰੋਟੀ ਇੱਕ ਫ੍ਰੀ ਆ, 1 ਰੋਟੀ ਵੀ ਮੰਗ ਲਈ ਤਾਂ ਤੁਹਾਨੂੰ ਉਹਦੀ ਸਜ਼ਾ ਮਿਲਣੀ ਆ, ਰੋਟੀ ਮੰਗਣ ਦੀ ਵੀ ਸਜ਼ਾ, ਅਤੇ ਸਜ਼ਾ ਵੀ ਇਹ ਆ ਵੀ 1 ਹਫ਼ਤਾ ਤੁਹਾਨੂੰ ਸਿਰਫ 1 ਰੋਟੀ ਦੇਣੀ ਆ ਪੂਰੇ ਦਿਨ ਦੀ, ਪਲੱਸ ਇਹ ਕੁੱਟ ਪੈਣੀ ਆ ਉਹ ਅਲੱਗ, ਜਾਂ ਤੁਸੀਂ ਕਿਸੇ ਨਾਲ ਅੰਦਰ ਬਹਿਸ ਕਰ ਲਈ, ਜਾਂ ਤੁਸੀਂ ਲੜ ਪਏ, ਕੁਛ ਵੀ ਇੱਦਾਂ ਦੀ ਗਲਤੀ ਕਰਤੀ, ਤਾਂ ਉੱਥੇ ਸਜ਼ਾ ਬਹੁਤ ਭੈੜੀ ਹੈ। ਤੁਸੀਂ ਪੁੱਛਿਆ ਨਹੀਂ ਸਾਨੂੰ ਕਿ ਠੀਕ ਆ, ਮੈਂ ਇੱਥੇ ਇੱਕ ਮਰੀਜ਼ ਦੇ ਤੌਰ 'ਤੇ ਆਇਆ, ਹਾਂਜੀ, ਮੈਂ ਤਾਂ ਪਹਿਲਾਂ ਹੀ ਦੁਖੀ ਹਾਂ, ਹਾਂਜੀ, ਤੁਸੀਂ ਮੈਨੂੰ ਕੁੱਟ ਕਿਉਂ ਰਹੇ ਹੋ? ਧੱਕਾ ਚੱਲਦਾ ਜੀ ਉਹਨਾਂ ਦਾ, ਚਲਾ ਰਹੇ ਉਹਨਾਂ ਨੂੰ ਸਿਰਫ ਭਾਅ ਜੀ ਪੈਸੇ ਤੱਕ, ਮਤਲਬ ਹੁਣ ਮੈਂ ਤੁਹਾਨੂੰ ਸਿੱਧਾ ਸਿੱਧਾ ਹਿਸਾਬ ਗਣਾ ਦਿੰਦਾ ਜੀ, ਜਿੱਥੇ ਮੈਂ ਸੀਗਾ 70 ਮੁੰਡੇ ਸੀਗੇ ਜੀ ਉੱਥੇ, ਤੁਸੀਂ 10,000 ਦੀ ਔਸਤ ਰੱਖ ਕੇ ਚੱਲੋ, ਚਲੋ ਵਿੱਚ ਕੋਈ ਲਿਆਜੀ ਵੀ ਹੁੰਦਾ, ਮੈਂ ਫਿਰ ਵੀ 15 ਦਿੰਦਾ ਸੀ ਮਹੀਨੇ ਦਾ, 7 ਲੱਖ ਰੁਪਏ ਉਹਨਾਂ ਨੂੰ ਆਉਂਦੇ ਨਾ, ਅਤੇ 7 ਲੱਖ 'ਚ ਤੁਹਾਨੂੰ ਮਹੀਨੇ ਦੀ ਸਹੂਲਤ ਕੀ ਦੇ ਰਹੇ ਨੇ, ਸਿਰਫ ਤੁਹਾਨੂੰ ਦਾਲ ਮਿਲਣੀ ਆ 70 ਬੰਦਿਆਂ ਨੂੰ, 4 ਕੌਲੀਆਂ ਦਾਲ ਦੀਆਂ ਹੁੰਦੀਆਂ ਜੀ 2 ਟਾਈਮ ਦੀਆਂ, ਜਿਹੜੀ ਦਾਲ ਬਣਦੀ ਆ ਬਾਕੀ ਪਾਣੀ ਪੈਣਾ ਉਹਦੇ 'ਚ,
ਚਾਰ ਕੌਲੀਆਂ ਤੁਸੀਂ ਹਿਸਾਬ ਲਾ ਲਓ ਜੀ ਕਿੰਨੀ ਕੁ ਦਾਲ ਹੋਊ, ਅਤੇ ਬਾਕੀ ਉਹਦੇ ਵਿੱਚ ਪਾਣੀ ਪੈਣਾ। 70 ਬੰਦਿਆਂ ਨੇ ਉਹ ਰੋਟੀ ਖਾਣੀ ਆ, ਦਾਲ ਤਾਂ ਲੱਭਣੀ ਪੈਂਦੀ ਹੈ ਜੀ ਵਿੱਚੋਂ, ਇਹਦੇ ਦਾਲ ਦਾ ਦਾਣਾ ਹੈਗਾ ਕਿੱਥੇ ਆ। ਸੈਂਟਰ ਦੇ ਵਿੱਚ ਜਿਵੇਂ ਤੁਸੀਂ ਦੱਸਿਆ 70 ਮੁੰਡੇ ਸੀ, ਹਾਂਜੀ, ਕੀ ਦੇਖਿਆ ਕਿਹੜੀ ਕਿਹੜੀ ਉਮਰ ਦੇ ਬੰਦੇ ਸੀ ਉੱਥੇ? ਉਮਰ ਭਾਅ ਜੀ 16 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਵੀ ਦੇਖੇ ਨੇ, 60-65-70 ਸਾਲ ਤੱਕ 16 ਸਾਲ ਦਾ ਬੱਚਾ ਵੀ, ਹਾਂਜੀ 13-13 ਸਾਲ ਦੇ ਦੇਖੇ ਨੇ ਭਾਅ ਜੀ, 14-14 ਸਾਲ ਦੇ। 13 ਸਾਲ ਦਾ ਬੱਚਾ ਕਿਵੇਂ ਚਿੱਟਾ ਪੀਣ ਲੱਗ ਜਾਂਦਾ? ਮੇਰੇ ਪਿੰਡ ਖੋਦਾ ਜੀ, ਹੁਣ ਉਹਨੂੰ ਛਡਵਾਇਆ ਜੀ, ਉਹਦਾ ਮੈਂ ਆਪਣੇ ਕੋਲ ਰੱਖ ਕੇ ਛਡਵਾਇਆ, ਮੈਂ 6 ਮਹੀਨੇ ਨਹੀਂ ਉਹਨੂੰ ਘਰੇ ਜਾਣ ਦਿੱਤਾ ਜੀ, 6 ਮਹੀਨੇ ਆਪਣੇ ਘਰੇ ਰੱਖਿਆ, ਛਡਵਾਇਆ ਜੀ ਉਹਦਾ ਬੱਚੇ ਦਾ। ਇੱਕ ਹੋਰ ਮੈਂ ਤੁਹਾਡੇ ਤੋਂ ਪੁੱਛਣਾ, ਅੱਜ ਕੱਲ੍ਹ ਸੈਂਟਰ ਜਿਵੇਂ ਕੁਝ ਜਿਹੜੇ ਆ ਮੈਡੀਕਲ ਸਥਾਨ ਨੇ ਆਪਣੇ, ਤਾਂ ਉੱਥੇ ਜੀਭ ਦੇ ਥੱਲੇ ਰੱਖਣ ਵਾਲੀ ਗੋਲੀ ਵੀ ਮਿਲਦੀ ਹੈ, ਹਾਂਜੀ, ਉਹ ਵੀ ਤੁਸੀਂ ਯੂਜ਼ ਕੀਤੀ ਹੈ ਜਾਂ ਤੁਹਾਨੂੰ ਪਤਾ ਉਸਦੇ ਬਾਰੇ ਕੀ ਹੁੰਦਾ ਉਹ? ਲਈ ਜ਼ਰੂਰ ਹੈ ਜੀ, ਬਟ ਉਹਦਾ ਮਤਲਬ ਜਿੱਦਾਂ ਹੁਣ ਆਪਾਂ ਕਹਿ ਦਿੰਦੇ ਹਾਂ ਜੀ ਭੁੱਕੀ ਵਗੈਰਾ ਜਿਹੜਾ ਨਸ਼ਾ ਕਰਦਾ ਜਾਂ ਕੋਈ ਫੀਮ ਵਗੈਰਾ ਖਾਂਦਾ, ਉਹਦੇ ਲਈ ਸ਼ਾਇਦ ਹੋ ਸਕਦੀ ਹੈ ਫਾਇਦੇਮੰਦ। ਮੈਂ ਚਿੱਟੇ ਦਾ ਤਾਂ ਇਹ ਕਹਿਣਾ ਜੀ, ਮੈਂ ਮਹਿੰਗੀ ਤੋਂ ਮਹਿੰਗੀ ਦਵਾਈ ਖਾ ਕੇ ਦੇਖ ਲਈ, ਪੂਰੇ ਪੰਜਾਬ 'ਚੋਂ ਕੋਈ ਹੋਸਪਿਟਲ ਛੱਡਿਆ ਨਹੀਂ ਜਿੱਥੇ ਕੋਈ ਦੱਸਦੇ ਸੀ ਵੀ ਇੱਥੇ ਆਹ ਮਿਲਦੀ ਆਹ ਮਿਲਦੀ ਆ, ਚਿੱਟੇ ਦੀ ਕੋਈ ਮੈਡੀਸਨ ਹੀ ਨਹੀਂ ਹੈਗੀ ਜੀ। ਚਿੱਟਾ ਛੱਡਿਆ ਕਿਵੇਂ ਜਾ ਸਕਦਾ? ਸਿਰਫ ਆਪਣੀ ਵਿਲ ਪਾਵਰ ਨਾਲ, ਸਿਰਫ ਆਪਣਾ, ਜੇ ਆਪਣਾ ਮਨ ਕਰਦਾ ਤਾਂ ਆਪਾਂ ਛੱਡ ਸਕਦੇ ਹਾਂ, ਜੇ ਮੈਂ ਤੁਹਾਨੂੰ ਧੱਕੇ ਨਾ ਕਹਾਂ ਮੈਂ ਤੁਹਾਨੂੰ ਦਵਾਈਆਂ ਅੰਦਰ ਸਿੱਟ ਕੇ ਤੁਹਾਨੂੰ ਕੈਦ ਕਰਕੇ ਛੁਡਾ ਦੂੰ, ਨਹੀਂ ਜਿੱਦਣ ਤੁਹਾਨੂੰ ਕੈਦ ਖੁੱਲ੍ਹਣੀ ਤੁਸੀਂ ਭੱਜਣਾ ਉੱਧਰ ਨੂੰ, ਤੁਹਾਡਾ ਮਨ ਜਦੋਂ ਤੱਕ ਨਹੀਂ ਮੰਨਦਾ। ਇੱਕ ਨੋਰਮਲ ਪੈਰਾਸੀਟਾਮੋਲ ਲੈ ਲਓ ਦਰਦ ਤੋਂ, ਆਪਾਂ ਝੱਲ ਵੀ ਨਹੀਂ ਸਕਦੇ ਵੀ ਆਪਣਾ ਦਰਦ ਨਾ ਹੋਵੇ ਸਰੀਰ 'ਚ, ਕਿਸੇ ਵੀ ਕੈਮਿਸਟ ਸ਼ੋਪ 'ਤੇ ਜਾਓ ਜਾਂ ਡਾਕਟਰ ਕੋਲ ਜਾਓ ਬਣਵਾ ਕੇ, ਇੱਕ ਨੋਰਮਲ ਦਰਦ ਦੀਆਂ ਲੈ ਲਓ, ਵੀ ਇੱਕ ਭੁੱਖ ਦੀ ਇੱਕ ਦਰਦ ਦੀ, ਜਦੋਂ ਤੁਹਾਨੂੰ ਭੁੱਖ ਪ੍ਰੋਪਰ ਲੱਗਣ ਲੱਗ ਗਈ ਦਰਦ ਆਪਣੇ ਆਪ ਘੱਟ ਜਾਣਾ, ਵੱਧ ਤੋਂ 5-6 ਦਿਨ ਦਾ ਪ੍ਰੋਸੈਸ ਹੈ ਜੀ, 6 ਦਿਨ ਬਾਅਦ ਤੁਹਾਡੇ ਸਰੀਰ 'ਚ ਦਰਦ ਨਹੀਂ ਰਹਿੰਦਾ, ਦਰਦ ਗਿਆ ਮੁੜ ਕੇ ਬਲ ਗੱਲ ਰਹਿ ਜਾਂਦੀ ਹੈ ਜੀ ਆਪਣੇ ਮਨ ਦੀ, ਮਨ ਜੇ ਤੁਹਾਡਾ ਸਟਰੋਂਗ ਆ ਤਾਂ ਤੁਸੀਂ ਛੱਡ ਸਕਦੇ ਹੋ, ਨਹੀਂ ਛੱਡ ਸਕਦੇ ਜੀ, ਦਵਾਈ ਤਾਂ ਕੋਈ ਅਸਰ ਕਰ ਹੀ ਨਹੀਂ ਸਕਦੀ ਇਹ ਚੀਜ਼ 'ਤੇ, ਕਿਉਂਕਿ ਇਹ ਮਾਨਸਿਕ ਆ ਜੀ, ਇਹ ਚਿੱਟੇ ਦੀ ਜਿਹੜੀ ਤੋੜ ਆ, ਮੈਂ ਤਾਂ ਇੱਕ ਗੱਲ ਕਹਿਣਾ, ਬਾਕੀ ਹਰੇਕ ਬੰਦੇ ਦੀ ਆਪਣਾ ਹਿਸਾਬ ਆ ਜੀ, ਸਰੀਰਕ ਤੋੜ 70% ਆ, 70% ਮਾਨਸਿਕ ਆ, ਤੁਹਾਡਾ ਮਨ ਭਜਦਾ ਉੱਧਰ ਨੂੰ। ਇਹ ਜਿਹੜਾ ਦਵਾਈਆਂ ਦਾ ਚੱਲਦਾ ਪਿਆ ਇਹ, ਹਾਂਜੀ, ਇਹ ਲਾ ਲਈਏ ਗੋਰਖ ਧੰਦਾ ਹੀ ਹੈ, ਲੁੱਟਣ ਵਾਲਾ ਕੰਮ ਹੀ ਹੈ ਲੋਕਾਂ ਨੂੰ, ਲੁੱਟਣ ਵਾਲਾ ਵੀ ਹੈਗਾ ਜੀ, ਦਵਾਈਆਂ ਸਿਰਫ ਇੰਨਾ ਤੁਹਾਨੂੰ ਸਾਥ ਦਿੰਦੀਆਂ ਨੇ ਵੀ ਤੁਹਾਡੇ ਸਰੀਰ 'ਚ ਕੋਈ ਦਰਦ ਨਹੀਂ ਹੋਣ ਦਿੰਦੀਆਂ। ਦਰਦ ਹੁੰਦਾ ਜਦੋਂ ਤੋੜ ਲੱਗਦੀ? ਬਿਲਕੁਲ ਹੁੰਦਾ ਭਾਅ ਜੀ, ਲੱਤਾਂ ਦੁਖਦੀਆਂ ਨੇ, ਢਿੱਡ 'ਚ ਖਿੱਚਾਂ ਪੈਂਦੀਆਂ, ਅੱਖਾਂ 'ਚੋਂ ਪਾਣੀ ਚੱਲ ਪੈਂਦਾ ਜੀ, ਅੱਖਾਂ 'ਚੋਂ ਪਾਣੀ ਬਹੁਤ ਚੱਲਦਾ, ਇਹ ਹੁੰਦਾ ਜੀ ਜ਼ਿਆਦਾ ਟਾਈਮ ਲਈ ਨਹੀਂ ਹੁੰਦਾ, ਕਿਉਂਕਿ ਜਿਹੜੇ ਮੈਂ ਦੇਖਿਆ ਜੀ ਆਪਣੇ ਪੁਰਾਣੇ ਬਜ਼ੁਰਗ ਖਾਂਦੇ ਸੀਗੇ ਭੁੱਕੀ ਜਾਂ ਫੀਮ, ਆਪਣੇ ਆਮ ਪਰਿਵਾਰਾਂ 'ਚ ਦੇਖੇ ਨੇ, ਉਹਨਾਂ ਦੀ ਤੋੜ ਬਹੁਤ ਭੈੜੀ ਹੈ ਜੀ, ਕਿਉਂਕਿ ਚਿੱਟੇ ਦੀ ਤੋੜ ਇੰਨੀ ਭੈੜੀ ਨਹੀਂ ਹੈਗੀ, ਉਹਦੀ ਤੋੜਾ ਲੌਂਗ, ਚਿੱਟੇ ਦੀ ਤਾਂ ਵੱਧ ਤੋਂ ਵੱਧ ਮੈਂ 72 ਘੰਟੇ ਦੀ ਗਿਣਦਾ, ਕਿਉਂਕਿ ਮੈਂ ਖੁਦ 8 ਸਾਲ ਗਿਲਾਇਆ, ਵੱਧ ਤੋਂ ਵੱਧ ਤੁਹਾਡੀ 3 ਦਿਨ ਦੀ ਤੋੜ ਆ, 4th ਦਿਨ ਤੁਹਾਡਾ ਘਟਣ ਲੱਗ ਜਾਣਾ ਜੀ, ਜਾਂ ਜੇ ਤੁਹਾਨੂੰ 2 ਘੰਟੇ ਤੋੜਾ ਤਾਂ 3 ਘਟਣ ਲੱਗ ਜਾਣਾ, ਘਟਣ ਲੱਗ ਅਤੇ ਤੋੜ ਹੁੰਦੀ ਵੀ ਇੱਦਾਂ ਨਹੀਂ ਹੈਗਾ ਜੀ ਸਾਰਾ ਦਿਨ ਲੱਗੂ ਤੁਹਾਨੂੰ, ਜਿਹੜੇ ਟਾਈਮ ਤੁਸੀਂ ਡੇਲੀ ਲਾਉਂਦੇ ਹੋ, ਮੈਂ ਮੰਨ ਲਓ ਮੈਂ ਸੁਬਹਾ ਲਾਉਂਦਾ ਸੀਗਾ, ਤੁਹਾਨੂੰ ਸੁਬਹਾ ਲੱਗਣੀ ਆ, ਤੁਸੀਂ ਉਹ 3-4 ਘੰਟੇ ਲੰਘਾਤੇ ਔਖੇ ਸੌਖੇ ਕਿੱਦਾਂ ਵੀ, ਦਵਾਈ ਖਾ ਕੇ ਲੰਘਾਤੇ, ਤੁਸੀਂ ਦਰਦ ਵਾਲੀਆਂ ਗੋਲੀਆਂ ਖਾ ਕੇ ਲੰਘਾਤੇ, ਤੁਹਾਡੀ ਘੱਟ ਜਾਣੀ ਆ ਤੋੜ, ਹਟ ਜਾਣੀ ਆ, ਸ਼ਾਮ ਨੂੰ ਜਾ ਕੇ ਫੇਰ ਲੱਗਣੀ ਆ, ਰੈਗੂਲਰ ਨਹੀਂ ਲੱਗੀ ਰਹਿੰਦੀ, ਕੰਟਰੋਲ ਕਰਨਾ ਪੈਂਦਾ, ਕੰਟਰੋਲ ਮਨ ਦਾ ਜੀ, ਮੇਨ ਮਨ ਕੰਟਰੋਲ। ਜੋ ਤੁਹਾਨੂੰ ਤੋੜ ਲੱਗ ਰਹੀ ਸੀ, ਕੀ ਕੁਝ ਹੋਇਆ, ਮਤਲਬ ਕਿਹੜੇ ਕਿਹੜੇ ਖਿਆਲ ਆਏ ਮਨ ਦੇ ਵਿੱਚ ਉਸ ਸਮੇਂ, ਅਤੇ ਉਹ ਸਮੇਂ ਫਿਰ ਕੰਟਰੋਲ ਕਿਵੇਂ ਕੀਤਾ ਸੁਖਜਿੰਦਰ ਸਿੰਘ? ਭਾਅ ਜੀ ਸੁਸਾਈਡ ਵੀ ਕੀਤਾ ਜੀ, ਮੈਂ ਕੋਸ਼ਿਸ਼ ਕੀਤੀ, ਮੈਂ ਸਪਰੇਅ ਪੀ ਗਿਆ ਸੀਗਾ ਜੀ ਘਰੇ ਚੱਕ ਕੇ, ਮੇਰੇ ਡੈਡੀ ਸੀਗਾ ਜੀ ਉਹਨਾਂ ਨੇ ਬਚਾ ਲਿਆ ਜੀ ਮੈਨੂੰ, ਸੁਸਾਈਡ ਵੀ ਕੀਤਾ ਜੀ ਮੈਂ, ਇੰਨੀ ਜ਼ਿਆਦਾ ਮਤਲਬ ਮਨ ਭਜਦਾ ਸੀਗਾ ਉੱਧਰ ਨੂੰ, ਘਰੋਂ ਪਰੇਸ਼ਾਨ, ਇਹ ਜਾਣ ਨਹੀਂ ਸੀ ਦਿੰਦੇ ਕਿਤੇ, ਮੈਨੂੰ ਜਿੰਦਾ ਲਾਇਆ ਸੀਗਾ ਜੀ ਘਰੇ, ਇੱਕ ਤਰ੍ਹਾਂ ਦਾ ਕੁਛ ਵੀ ਹੋ ਜਾਵੇ ਤਾਂ ਘਰੋਂ ਨਹੀਂ ਨਿਕਲਣਾ, ਫਿਰ ਮੈਂ ਘਰੋਂ ਜਾਣ ਦੇ ਮਾਰੇ, ਮੈਨੂੰ ਜਾਣ ਦਿਉ ਜਾਣ ਦਿਉ ਜਾਣ ਦਿਉ, ਜਦੋਂ ਨਹੀਂ ਜਾਣ ਦਿੱਤਾ ਤਾਂ ਮੈਂ ਡਰਾਉਣ ਨੂੰ ਬਸ ਇੱਦਾਂ ਹੀ ਘੁੱਟ ਭਰੀ,
ਤਾਂ ਬਚੇ ਆ ਜੀ, ਬਹੁਤ ਔਖਾ ਬਚੇ ਆ ਮੈਂ। ਇੱਥੋਂ ਤੱਕ ਬੰਦੇ ਦਾ ਮਤਲਬ ਦਿਮਾਗ ਹੋ ਜਾਂਦਾ ਵੀ ਇੱਦਾਂ ਮੈਨੂੰ ਮਰਨਾ ਚੰਗਾ। ਅੱਛਾ ਇੱਕ ਸਵਾਲ ਹੋਰ ਬਈ, ਇਹ 8 ਸਾਲ ਜਦੋਂ ਜ਼ਿੰਦਗੀ ਦੇ ਗਾਲੇ, ਜੇ 8 ਸਾਲ ਤੁਸੀਂ ਇਸ ਪਾਸੇ ਨਾ ਗਾਲਦੇ, ਹਾਂਜੀ ਹਨਾ, ਇੱਕ ਆਮ ਜ਼ਿੰਦਗੀ ਦਾ ਕੰਮ ਕਾਰ ਕਰਦੇ, ਆਪਦੇ ਆਪ ਨੂੰ ਕਿੱਥੇ ਦੇਖਦੇ ਤੁਸੀਂ? ਤੁਹਾਡੇ ਸੁਪਨੇ ਸੀ ਕਿ ਮੈਂ ਜ਼ਿੰਦਗੀ 'ਚ ਆਹ ਬਣਨਾ, ਪਰ ਜ਼ਿੰਦਗੀ ਨੂੰ ਤੁਸੀਂ ਇਸ ਪਾਸੇ ਨੂੰ ਮੋੜ ਲਿਆ? ਭਾਜੀ 8 ਸਾਲ ਗਾਲੇ ਤੋਂ ਮੈਂ ਸਿੱਧਾ ਹੀ ਗਿਣਾ ਦਿੰਦਾ ਜੀ। ਪਹਿਲਾਂ ਤਾਂ ਮੈਂ ਆਪਣੀ ਜ਼ਮੀਨ ਗਵਾਈ ਭਾਜੀ, ਜ਼ਮੀਨ ਆਪਾਂ ਜ਼ਿਮੀਦਾਰਾਂ ਦੀ, ਮੈਂ ਜ਼ਿਆਦਾ ਵੱਡੇ ਜ਼ਿਮੀਦਾਰ, ਹਾਂਜੀ 1.5-2 ਕਿੱਲੇ ਵਾਲੇ ਜ਼ਿਮੀਦਾਰ ਹੈਗੇ ਆ ਜੀ ਆਪਾਂ, ਇੰਨੇ ਕੁ ਜ਼ਮੀਨ, ਅਤੇ 2.5 ਲੱਖ ਰੁਪਏ ਦੀ ਲਿਮਿਟ ਸੀਗੀ ਜੀ 2014 'ਚ ਮੇਰੇ ਡੈਡੀ ਜੀ ਦੇ ਸਿਰ, ਕਰਜ਼ਾ ਸੀਗਾ। ਜੇ ਉਦੋਂ ਮੈਂ ਪੈਸੇ ਕਮਾਉਂਦਾ ਹੁੰਦਾ, ਜਾਂ ਮੇਰਾ ਡੈਡੀ ਤਾਂ ਕਮਾਏ ਰਿਹਾ ਸੀ, ਸਾਰੇ ਪਰਿਵਾਰ ਨੂੰ ਚਲਾ ਰਿਹਾ ਸੀਗਾ, ਜੇ ਮੈਂ ਵੀ ਬਰਾਬਰ ਕਮਾਉਂਦਾ ਹੁੰਦਾ ਤਾਂ ਮੈਂ ਉਤਾਰ ਸਕਦਾ ਸੀ। ਮੈਂ ਖਾਣ 'ਤੇ ਹੋ ਗਿਆ ਜੀ, ਖਾਣ 'ਤੇ ਹੋਇਆ ਹੋਇਆ ਉਹ ਹਰ ਸਾਲ ਵੱਧਦੀ ਗਈ ਲਿਮਿਟ, ਉਹ 16 ਲੱਖ ਰੁਪਏ ਤੱਕ ਪਹੁੰਚ ਗਈ ਜੀ। ਮੈਂ ਪਰੂਫ ਦੇ ਸਕਦਾ ਤੁਹਾਨੂੰ, 16 ਲੱਖ ਰੁਪਇਆ ਪਿਛਲੇ ਸਾਲ ਜ਼ਮੀਨ ਵੇਚ ਕੇ ਭਰਿਆ ਜੀ, ਕਿਉਂਕਿ ਹੋਰ ਆਮ ਬੰਦਾ ਭਰ ਨਹੀਂ ਸਕਦਾ 16 ਲੱਖ ਰੁਪਇਆ, ਕਿੱਥੋਂ ਆਊ? ਲਿਮਿਟ ਤੁਸੀਂ ਨਸ਼ੇ 'ਚ ਵਰਤ ਰਹੇ ਸੀ? ਲਿਮਿਟ ਵਰਤੀ ਤਾਂ ਜੀ ਘਰ ਦੇ ਕੰਮਾਂ 'ਚ ਸੀਗੀ, ਜਦੋਂ ਆਪਾਂ ਭਰਨੀ ਨਹੀਂ ਹੈਗੀ, ਵਿਆਜ ਨਹੀਂ ਭਰਨਾ ਉਹਦਾ, ਉਹ ਹਰ ਸਾਲ ਵੱਧਦੀ ਗਈ, ਉਹ ਤਕਰੀਬਨ 2.5 ਦੀ ਹੋ ਗਈ, 2.5-4 ਦੀ ਹੋ ਗਈ, ਫਿਰ 4 'ਤੇ ਵਿਆਜ ਲੱਗਣ ਲੱਗ ਗਿਆ ਜੀ, 10 ਦੀ ਹੋ ਗਈ, ਫਿਰ 10 ਦੇ ਵਿਆਜ ਲੱਗਣ ਲੱਗ ਗਿਆ, ਉਹ ਵੱਧ ਵੱਧ ਕੇ 16,70,000 ਰੁਪਇਆ ਭਰਿਆ ਜੀ ਜ਼ਮੀਨ। ਪਹਿਲਾਂ ਦਾ ਇਹ ਘਾਟਾ ਪਿਆ ਜੀ ਮੈਨੂੰ, ਮੈਂ ਆਪਣਾ ਜ਼ਮੀਨ ਮੇਰੀ ਗਈ। ਸੈਕੰਡਲੀ ਹੋ ਗਿਆ ਜੀ, ਮੇਰੇ ਬਰਾਬਰ ਦੇ ਸਾਰਿਆਂ ਦੇ ਇਸ ਟਾਈਮ ਮੈਰਿਜਾਂ ਹੋ ਚੁੱਕੀਆਂ ਨੇ, ਇਸ ਟਾਈਮ ਬੱਚੇ ਨੇ ਉਹਨਾਂ ਦੇ, ਸੈੱਟ ਨੇ, ਵਧੀਆ ਕੰਮ ਕਾਰ ਕਰਦੇ ਨੇ, ਸ਼ਾਮ ਨੂੰ ਘਰ ਆਉਂਦੇ ਨੇ, ਅਤੇ ਯਕੀਨ ਸਭ ਤੋਂ ਬੜੀ ਗੱਲ ਹੈ ਯਕੀਨ ਦੀ ਜੀ। ਤਾਂ ਮੈਂ ਹੋ ਸਕਦਾ ਸੀ, ਮੈਂ ਕੋਈ, ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਮੇਰੇ ਬਹੁਤ ਵੱਡੇ ਸੁਪਨੇ ਸੀਗੇ, ਮੇਨ ਇਹੀ ਸੀਗਾ ਵੀ ਆਪਣਾ ਵਧੀਆ ਕੰਮ ਕਰਨਾ, ਘਰ ਪਰਿਵਾਰ ਚਲਾਉਣਾ, ਬਸ ਇੱਦਾਂ ਛੋਟੇ ਛੋਟੇ ਸੁਪਨੇ ਸੀਗੇ ਜੀ ਉਨੇ ਕੇ ਬਸ। ਮੇਰੀਆਂ ਅੱਜ ਸਿਸਟਰਾਂ ਦੋਵੇਂ ਵਧੀਆ ਸੈਟਲ ਨੇ ਜੀ, ਇੱਕ ਕੈਨੇਡਾ 'ਚ, ਇੱਕ ਇੰਗਲੈਂਡ 'ਚ, ਉਹਨੂੰ 2 ਮੰਥ ਹੋਏ ਨੇ ਗਈ ਨੂੰ। ਹੋ ਸਕਦਾ ਜੇ ਉਸ ਟਾਈਮ ਮੈਂ ਵੀ ਨਸ਼ੇ 'ਚ ਨਾ ਪੈਂਦਾ ਤਾਂ ਪੜ੍ਹਾਈ ਕਰਕੇ ਮੈਂ ਵੀ ਜਾ ਸਕਦਾ ਸੀ, ਮੇਰੀ ਸਿਸਟਰਸ ਗਈਆਂ ਨੇ। ਇੱਕ ਇਹ ਵੀ ਜਿਹੜੇ ਮਿਡਲ ਕਲਾਸ ਫੈਮਿਲੀ ਦੇ, ਜਿਵੇਂ ਤੁਸੀਂ ਦੱਸਿਆ 1-2 ਕਿੱਲੇ ਵਾਲੇ ਜ਼ਿਮੀਦਾਰ ਹੋ, ਹੈ ਨਾ, ਆਪਣੇ ਵਰਗੇ ਪਰਿਵਾਰਾਂ ਦੇ ਲਈ ਵਾਪਸੀ ਕਰਨਾ ਹੋਰ ਵੀ ਔਖਾ ਹੋ ਜਾਂਦਾ। ਟਾਵਾਂ ਟਾਵਾਂ ਬੰਦਾ ਹੀ ਜਿਹੜਾ ਵਾਪਸੀ ਕਰ ਪਾਉਂਦਾ ਮਿਡਲ ਕਲਾਸ ਫੈਮਿਲੀ ਦੇ ਵਿੱਚੋਂ, ਕਿਉਂਕਿ ਉਹਨੀ ਸਪੋਰਟ ਨਹੀਂ ਹੁੰਦੀ, ਉਹਨੇ ਆਪਣੇ ਘਰ ਦੇ ਪੜ੍ਹੇ ਲਿਖੇ ਨਹੀਂ ਆਪਾਂ ਨੂੰ ਚੰਗੀ ਤਰ੍ਹਾਂ ਸਮਝਾ ਲੈਣਾ। ਇਹ ਮਿਡਲ ਕਲਾਸ ਤੁਸੀਂ ਦੇਖਿਆ ਕਿ ਹੋਰ ਵੀ ਤੁਹਾਡੇ ਆਸੇ ਪਾਸੇ ਹੋਏ ਹੋਣੇ, ਹੋਰ ਜਿਵੇਂ ਤੁਸੀਂ ਨਿਕਲ ਆਏ ਤੁਹਾਡੇ ਹੋਇਆ ਵੀ ਤੁਹਾਡੇ ਨਾਲ ਹੀ ਕੁਝ ਮੁੰਡੇ ਕਰ ਰਹੇ ਸੀ ਅਤੇ ਉਹ ਇਸ ਦੁਨੀਆਂ ਤੋਂ ਚਲੇ ਗਏ, ਜਾਂ ਤੁਹਾਡੇ ਤੋਂ ਹੋਰ ਵੀ ਹਲੇ ਵੀ ਬਰਬਾਦੀ 'ਚ ਹੀ ਆ? ਭਾਅ ਜੀ ਮੈਂ ਤੁਹਾਨੂੰ 5 ਦੱਸ ਸਕਦਾ ਜੀ, ਬਾਏ ਨੇਮ ਬਾਏ ਪਿੰਡ, ਉਹਨਾਂ ਦੇ ਜਿਹੜੇ 5-6 ਜਿਹੜੇ ਮੈਂ ਗਵਾਏ ਨੇ ਜੀ ਇਸ ਤੋਂ, ਡੈਥ ਹੋ ਗਈ ਜੀ ਇਹਨਾਂ ਦੀ ਇਸ ਕਰਕੇ। ਦੋਸਤ ਸੀਗਾ ਜੀ ਮੇਰਾ ਇੱਕ, ਮਤਲਬ ਅਸੀਂ ਨਰਸਰੀ ਤੋਂ ਇਕੱਠੇ ਪੜ੍ਹੇ ਹਾਂ, ਰੋਟੀ ਵੀ ਜਾਣੀ ਇਕੱਠੇ ਖਾਣ ਵਾਲਾ ਕੰਮ ਸੀਗਾ ਸਾਡਾ। ਉਹ ਮੁੰਡਾ ਇਹਨੂੰ ਉਹਦੇ ਘਰਦਿਆਂ ਨੇ ਸੈਂਟਰ 'ਚ ਕਵਾ ਦਾ ਜੀ, ਸੈਂਟਰ 'ਚ ਕਵਾਇਆ ਹੋਇਆ ਤਾਂ ਜੀ ਉਹ 8 ਮਹੀਨੇ ਲਾ ਕੇ ਆਇਆ ਸੈਂਟਰ, 8 ਮਹੀਨੇ ਲਾ ਕੇ ਜਦੋਂ ਘਰ ਆਇਆ ਤਾਂ ਜਿਹੜੀ ਡੋਜ਼ ਉਹ ਪੁਰਾਣੀ ਲੈਂਦਾ ਸੀਗਾ ਜੀ, ਉਹਨੇ ਖਿੱਚ ਜਾ ਕੇ ਉਸੇ ਦਿਨ ਉਹੀ ਪੁਰਾਣੀ ਡੋਜ਼ ਲਈ, ਬਾਥਰੂਮ 'ਚ ਵੜ ਕੇ, ਬਾਥਰੂਮ 'ਚ ਵੜ ਕੇ ਜਦੋਂ ਉਹਨੇ ਪੁਰਾਣੀ ਡੋਜ਼ ਲਈ ਤਾਂ ਉਹਦਾ ਸਰੀਰ ਨਹੀਂ ਚੱਲ ਸਕਿਆ ਜੀ, ਸਰੀਰ ਨਿਊਟਰਲ ਹੋਇਆ ਹੋਇਆ ਸੀ ਬਿਲਕੁਲ, ਹੁਣ ਨਸ਼ਾ ਛੱਡਿਆ ਹੋਇਆ ਸੀ ਉਹਦਾ, ਉਹਦੀ ਉੱਥੇ ਡੈਥ ਹੋਈ। ਹੋਰ ਵੀ ਮੁੰਡਾ ਹਨੀ ਸੀਗਾ ਜੀ ਇੱਕ, ਮੇਰਾ ਬੀਜੇ ਤੋਂ ਬੀਜਾ ਪਿੰਡ ਪੈ ਜਾਂਦਾ ਜੀ, ਦੋਸਤ ਸੀਗਾ, ਸੁਬਾਹ ਮਿਲੇ ਹਾਂ ਅਸੀਂ, ਸ਼ਾਮ ਨੂੰ ਮੈਨੂੰ ਫੋਨ ਆਉਂਦਾ ਵੀ ਓਵਰਡੋਜ਼ ਨਾਲ ਉਹਦੀ ਡੈਥ ਹੋ ਗਈ। ਮੇਰਾ ਖੁਦ ਦੇ ਚਾਚਾ ਜੀ ਲੱਗਦੇ ਸੀਗੇ ਜੀ ਮੇਰੇ ਰਿਸ਼ਤੇ 'ਚੋਂ, ਮਤਲਬ ਮੇਰੇ ਦਾਦਾ ਜੀ ਦੇ ਭਾਈ ਦੇ ਬੇਟੇ ਸੀਗੇ, ਰਿਸ਼ਤੇ ਚਾਚਾ ਹੀ ਲੱਗਦੇ ਸੀ, ਉਹਨਾਂ ਨੇ ਨਸ਼ਾ ਵਗੈਰਾ ਕਰਦੇ ਸੀ, ਉਹ ਵੀ ਮਤਲਬ ਉਹਨਾਂ ਦਾ ਐਕਸੀਡੈਂਟ ਹੋਇਆ ਜੀ,
ਇਹ ਜਿਵੇਂ ਓਵਰਡੋਸ ਦੀ ਗੱਲ ਕਰੀ ਤੁਸੀਂ, ਜਿਵੇਂ ਬੰਦਾ ਮੰਨ ਲਓ ਕਿ 10 ml ਕੋਈ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਵੀ ਲਾ ਰਿਹਾ, ਉਹ ਲਾ ਕੇ ਵੀ ਚਿੱਤ ਨਹੀਂ ਭਰਦਾ, ਮਤਲਬ ਹੋਰ ਫਿਰ ਹੌਲੀ ਹੌਲੀ ਵੱਧ ਹੀ ਜਾਂਦੀ ਹੈ ਕਿ 10 ਦਾ ਮੈਂ 20 ਕਰਦਾ, 40 ਕਰਦਾ, 50 ਕਰਦਾ, ਸਰੀਰ ਵੱਧ ਮੰਗਣ ਲੱਗ ਜਾਂਦਾ। ਜਿਹੜੀਆਂ ਮੈਂ ਜ਼ਿਆਦਾਤਰ ਡੈਥ ਦੇਖੀਆਂ ਜੀ ਓਵਰਡੋਜ਼, ਮਤਲਬ ਓਵਰਡੋਜ਼ ਦਾ ਮਤਲਬ ਇਹ ਹੋ ਜਾਂਦਾ ਜਦੋਂ ਆਪਾਂ ਆਪਣੀ ਲਿਮਿਟ ਤੋਂ ਜ਼ਿਆਦਾ ਲੈ ਲੈਂਦੇ ਹਾਂ, ਤਾਂ ਉਹ ਆਪਣਾ ਇਹ ਸਿੱਧਾ ਹਾਰਟ 'ਤੇ ਵੱਜਣਾ ਜੀ, ਆਪਾਂ ਨਸ 'ਚ ਲਾਉਣਾ, ਡਾਇਰੈਕਟ ਹਾਰਟ 'ਚ ਜਾਣਾ ਆਪਣਾ ਬਲੱਡ, ਅਤੇ ਓਵਰਡੋਜ਼ ਦਾ ਮੇਨ ਕਾਰਨ ਹਾਰਟ ਅਟੈਕ ਨਾਲ ਮੌਤ ਹੁੰਦੀ ਹੈ ਜੀ, ਜਿਹੜੀ ਆਪਾਂ ਕਹਿ ਦਿੰਦੇ ਓਵਰਡੋਜ਼ ਨਾਲ ਮੌਤ ਹੋ ਗਈ, ਤਾਂ ਉਹ ਹਾਰਟ ਅਟੈਕ ਹੁੰਦਾ ਜੀ ਜ਼ਿਆਦਾਤਰ, ਉਹ ਆਪਣਾ ਸਰੀਰ ਝੱਲ ਨਹੀਂ ਪਾਉਂਦਾ। ਅਤੇ ਇਹ ਚੀਜ਼ ਇਹੋ ਜਿਹੀ ਹੈ ਜੀ, ਇਹਦੀ ਕੋਈ ਲਿਮਿਟ ਨਹੀਂ ਹੈਗੀ, ਤੁਸੀਂ ਹੁਣ ਲਾ ਲਿਆ ਤੁਹਾਡੇ ਕੋਲ ਪਿਆ ਤਾਂ ਤੁਸੀਂ ਦੁਬਾਰਾ ਦੁਬਾਰਾ ਦੁਬਾਰਾ। ਮੈਂ ਜੇ ਖੁਦ ਵੀ ਮੈਂ ਕਦੇ ਇਕੱਠਾ ਲੈ ਵੀ ਆਉਂਦਾ ਸੀ ਵੀ ਚੱਲ 4-5 ਦਿਨ ਮੈਨੂੰ ਕਿਤੇ ਨਹੀਂ ਜਾਣਾ ਪਊ, ਤਾਂ ਮੈਂ 4-5 ਦਿਨ ਦਾ ਇੱਕ ਦਿਨ 'ਚ ਲਾ ਜਾਂਦਾ ਸੀ, ਦੁਬਾਰਾ ਦੁਬਾਰਾ ਦਿਲ ਕਰੀ ਜਾਣਾ। ਦਿਨ ਦੇ ਕਿਵੇਂ ਹੁੰਦਾ, ਕੀ ਹੈ ਮਤਲਬ ਚਿੱਟਾ, ਮਤਲਬ ਪਾਊਡਰ 'ਚ ਹੁੰਦਾ ਕੋਈ, ਕਿਵੇਂ ਹੁੰਦਾ, ਲਿਕੁਇਡ ਫਾਰਮ 'ਚ ਹੁੰਦਾ? ਪਾਊਡਰ ਹੁੰਦਾ ਜੀ। ਓਕੇ, ਹਾਂ ਪਾਊਡਰ 'ਚ ਆਉਂਦਾ ਜੀ। ਤਕਰੀਬਨ ਜਦੋਂ ਮੈਂ ਛੱਡਿਆ ਜੀ ਉਸ ਟਾਈਮ 4500 ਨੂੰ 1 ਗ੍ਰਾਮ ਦਾ ਚੱਲਦਾ ਸੀਗਾ ਜੀ, ਇੱਦਾਂ ਹੁੰਦਾ ਜੀ। 1 ਗ੍ਰਾਮ ਮਤਲਬ ਕਿੰਨੇ ਕੁ ਵਾਰੀ ਚੱਲ ਜਾਂਦਾ, ਮਤਲਬ 1 ਗ੍ਰਾਮ? ਭਾਜੀ ਪੀਣ ਵਾਲੇ ਤਾਂ 1 ਵਾਰ 'ਚ ਵੀ ਪੀ ਜਾਂਦੇ ਨੇ ਜੀ, ਮੈਂ ਮਤਲਬ 3-4 ਵਾਰ 'ਚ ਲਗਾ ਜਾਂਦਾ ਜੀ, ਮੇਰੀ 20 ml ਦੀ ਸੀਗੀ ਜੀ ਡੋਜ਼। ਅੱਛਾ, ਇੱਕ ਸਵਾਲ ਹੋਰ ਪੁੱਛਣਾ, ਇਹ ਮਤਲਬ ਜਿਵੇਂ ਮੰਨ ਲਓ ਹੁਣ ਤੁਸੀਂ ਐਗਜ਼ਾਮਪਲ ਉਸ ਸਮੇਂ, ਤੁਹਾਨੂੰ ਪਤਾ ਕਿਵੇਂ ਲੱਗਦਾ ਸੀ ਵੀ, ਜਿਵੇਂ ਤੁਸੀਂ ਦੱਸਿਆ ਕਿ ਮਿਲ ਤਾਂ ਜਾਂਦਾ ਹਰੇਕ ਸ਼ਹਿਰ 'ਚੋਂ ਮਿਲ ਜਾਂਦਾ, ਪਰ ਪਤਾ ਕਿਵੇਂ ਲੱਗਦਾ ਵੀ ਇਹ ਬੰਦਾ ਵੇਚ ਰਿਹਾ? ਜਾਂ ਐਂ ਹੋਇਆ ਕਈ ਵਾਰੀ ਕਿ ਨਸ਼ਾ ਵੇਚਣ ਵਾਲਾ ਹੀ ਨਸ਼ੇ ਕਰਨ ਵਾਲੇ ਦੇ ਕੋਲ ਆ ਗਿਆ, ਉਹਨੂੰ ਪਤਾ ਲੱਗ ਜਾਂਦਾ ਆਹ ਬੰਦਾ ਨਸ਼ਾ ਕਰਨ ਵਾਲਾ, ਉਹਦੇ ਕੋਲ ਆਪੇ ਹੀ ਪਹੁੰਚ ਜਾਂਦਾ ਬੰਦਾ ਉਹ? ਜਿਹੜਾ ਭਾਜੀ ਨਸ਼ਾ ਵੇਚਦਾ ਉਹਨੂੰ ਪਹਿਲੀ ਗੱਲ ਤਾਂ ਆਪਣਾ ਡਰ ਹੁੰਦਾ ਵੀ ਸਾਹਮਣੇ ਕੀ ਪਤਾ ਕੋਈ ਕਿੱਦਾਂ ਦਾ ਬੰਦਾ ਮੈਂ ਫੜਿਆ ਨਾ ਜਾਵਾਂ ਜਾਂ ਇੱਦਾਂ। ਅਤੇ ਜਿਹੜੀ ਮਿਲਣ ਦੀ ਗੱਲ ਆ ਜੀ, ਜਿੱਦਾਂ ਆਪਾਂ ਜਿਹੜੀ ਸੁਸਾਇਟੀ 'ਚ ਰਹਿੰਦੇ ਹਾਂ ਉੱਦਾਂ ਦੇ ਆਪਣੇ ਸਰਕਲ ਬਣ ਜਾਂਦੇ ਨੇ, ਜਿੱਦਾਂ ਹੁਣ ਭਾਈ ਤੁਸੀਂ ਪੱਤਰਕਾਰ ਹੋ, ਤੁਹਾਡੀ ਉੱਦਾਂ ਦੀ ਬਣੇ ਹੋਏ ਸਰਕਲ, ਉੱਦਾਂ ਦੇ ਸਰਕਲ ਬਣ ਜਾਂਦੇ ਨੇ। ਆਪਣਾ ਬੰਦਾ ਯਾਰ ਦੋਸਤ ਨੂੰ ਫੋਨ ਕਰਦਾ, ਮੈਨੂੰ ਆਹ ਚੀਜ਼ ਚਾਹੀਦੀ ਆ, ਉਹ ਅੱਗੇ ਸਰਕਲ ਹੁੰਦਾ ਉਹਦਾ, ਮਿਲ ਜਾਂਦਾ ਜੀ। ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਵੀ ਇਹ ਬੰਦੇ ਵੇਚ ਰਹੇ, ਤੁਹਾਨੂੰ ਦੇਖਿਆ ਤੁਸੀਂ? ਪੁਲਿਸ ਵਾਲਿਆਂ ਨੂੰ ਪਹਿਲਾਂ ਪਤਾ ਹੁੰਦਾ ਜੀ, ਪਤਾ ਨਹੀਂ ਵੀ ਹੁੰਦਾ। ਜਿੱਦਾਂ ਹੁਣ ਮੈਂ ਤੁਹਾਨੂੰ, ਮੈਂ ਤਾਂ ਓਪਨਲੀ ਕਹਿ ਸਕਦਾ ਜੀ, ਮੈਨੂੰ ਇਹ ਚੀਜ਼ ਕੋਈ ਡਰ ਨਹੀਂ, ਮੈਂ ਛੱਡਿਆ ਤਾਂ ਮੈਂ ਛਡਾਉਣਾ ਵੀ ਚਾਹੁੰਦਾ। ਅਤੇ ਖੰਨੇ ਆ ਜੀ, ਮੀਟ ਮਾਰਕੀਟ ਵੱਜਦੀ ਆ ਖੰਨਾ ਸ਼ਹਿਰ ਦੇ ਵਿੱਚ, ਡੇਲੀ ਰੇਡ ਪੈਂਦੀ ਆ ਜੀ ਉੱਥੇ, ਡੇਲੀ ਗ੍ਰਿਫਤਾਰੀਆਂ ਹੁੰਦੀਆਂ। ਆਕਾਸ਼ ਦੱਤ ਸਰ ਆਏ ਸੀਗੇ ਉੱਥੇ ਪੁਲਿਸ 'ਚ, ਬਹੁਤ ਵਧੀਆ ਕੰਮ ਕੀਤਾ ਜੀ ਉਹਨਾਂ ਨੇ, ਖੰਨਾ ਇੱਕ ਵਾਰ ਤਾਂ ਚਿੱਟਾ ਫ੍ਰੀ ਕਰਤਾ ਸੀ ਉਹਨਾਂ ਨੇ। ਬਟ ਉਹਨਾਂ ਦੀ ਟ੍ਰਾਂਸਫਰ ਹੋਈ ਜਾਂ ਕੁਛ ਹੋਇਆ, ਜਿੱਦਾਂ ਤੁਸੀਂ ਅੱਜ ਚੱਕ ਲਿਆ ਜੀ ਬੰਦੇ ਨੂੰ, 28ਵੇਂ ਦਿਨ ਜ਼ਮਾਨਤ ਆ ਚਿੱਟੇ ਵਾਲੇ ਦੀ, ਉਹਨੇ ਆ ਕੇ ਫਿਰ ਉਹੀ ਕੰਮ ਕਰਨਾ। ਕੰਮ ਜਿਹੜੇ ਪੀਂਦੇ ਨੇ ਜੀ, ਉਹ ਮਤਲਬ ਐਂਡ 'ਤੇ ਜਾ ਕੇ ਉਹਨਾਂ ਨੂੰ ਵੇਚਣਾ ਹੀ ਪੈਂਦਾ, ਪੀਣ ਵਾਲਾ ਵੇਚਣ ਲੱਗ ਜਾਂਦਾ, ਪੀਣ ਵਾਲੇ ਨੂੰ ਵੇਚਣਾ ਹੀ ਪੈਂਦਾ, ਕਿਉਂਕਿ ਕੋਈ ਵੀ ਬੰਦਾ ਅਫੋਰਡ ਨਹੀਂ ਕਰ ਸਕਦਾ। ਹਾਇਰ ਕਲਾਸ ਲਈ ਵੀ ਔਖਾ, 4000 ਰੁਪਇਆ ਡੇਲੀ ਦਾ, 3000 ਰੁਪਇਆ ਬਹੁਤ ਔਖੀ ਗੱਲ ਆ, ਉਹਨੂੰ ਮਜਬੂਰੀ 'ਚ ਵੇਚਣਾ ਪੈਂਦਾ। ਫਰਜ਼ ਕਰੋ ਉਹਨੇ 3500 ਦਾ ਲਿਆਂਦਾ, 5000 ਦਾ ਵੇਚਤਾ, ਉਹਨੂੰ 1500 ਬਚ ਗਿਆ ਵਿੱਚੋਂ, ਉਹ ਆਪਣਾ ਖਾਣ ਨਿਕਲ ਜਾਂਦਾ। ਹਰ ਇੱਕ ਦੀ ਇਹ ਥਿੰਕਿੰਗ ਹੁੰਦੀ ਆ ਪੀਣ ਵਾਲੇ ਦੀ। ਅੱਛਾ, ਤੁਸੀਂ ਫਿਰ ਵਾਪਸੀ ਕਿਵੇਂ ਕਰੀ ਉੱਥੋਂ? ਮਤਲਬ ਤੁਸੀਂ ਸੈਂਟਰ, ਜਿਵੇਂ ਤੁਸੀਂ ਸੈਂਟਰ 'ਚ ਵੀ ਗਏ, ਤੁਸੀਂ ਸੈਂਟਰ ਦੇ ਰਾਹੀਂ ਵਾਪਸੀ ਹੋਈ ਜਾਂ ਵਾਪਸੀ ਦੇ ਰਾਹ ਕੋਈ ਹੋਰ ਸੀਗੇ? ਬਿਲਕੁਲ ਨਹੀਂ ਭਾਜੀ, ਸੈਂਟਰਾਂ ਤੋਂ ਤਾਂ ਮੈਂ ਆ ਕੇ ਦੁੱਬਦੇ ਹਾਂ ਜੀ, ਸਗੋਂ ਪਹਿਲਾਂ ਘੱਟ ਲਾਉਂਦਾ ਸੀ, ਸੈਂਟਰ ਕਦੇ ਨਹੀਂ ਛਡਾ ਸਕਦੇ ਨਸ਼ਾ। ਸੈਂਟਰ ਤੁਸੀਂ ਨਸ਼ਾ ਛੱਡਣ ਗਏ ਪਰ ਜਦੋਂ ਵਾਪਸ ਆਏ ਵੱਧ ਕਰਨ ਲੱਗ ਗਏ? ਵੱਧ ਕਰਨ ਲੱਗ, ਖਿੱਚ ਹੁੰਦੀ ਹੈ ਜੀ ਬੰਦੇ ਨੂੰ, ਤੁਹਾਨੂੰ 6 ਮਹੀਨੇ ਬੰਦ ਰੱਖਣਾ ਜੀ ਅੰਦਰ, ਤੁਹਾਨੂੰ ਸੂਰਜ ਨਹੀਂ ਦਿਖਾਉਣਾ, ਤੁਸੀਂ ਆਪਣੇ ਭਾਈ ਭੈਣ ਨੂੰ ਨਹੀਂ ਕਿਸੇ ਨੂੰ ਮਿਲ ਸਕਦੇ, ਤੁਸੀਂ ਕੋਈ ਗੱਲਬਾਤ ਨਹੀਂ ਕਰ ਸਕਦੇ, ਖੁੱਲ੍ਹ ਕੇ ਰਹਿ ਨਹੀਂ ਕੋਈ। ਮਤਲਬ ਮੈਂ ਕਹਿੰਦਾ ਜੀ ਜੇਲ੍ਹ ਵਧੀਆ, ਜੇਲ੍ਹ 'ਚ ਵੀ ਤਾਂ ਆਪਾਂ ਸੁਣਦੇ ਹਾਂ, ਚਲੋ ਦੇਖੀ ਕਦੇ ਨਹੀਂ ਹੈਗੀ, ਬੰਦੀ ਖੁੱਲ੍ਹਦੀ ਆ, ਬੰਦੇ ਬਾਹਰ ਆਉਂਦੇ ਨੇ, ਕੁਛ ਧੁੱਪਾਂ ਵਗੈਰਾ ਸੂਰਜ ਦੇਖਦੇ ਨੇ, ਉਹਦੇ ਨਾਲ ਤਾਂ ਬਹੁਤ ਵਧੀਆ ਜੀ ਸੈਂਟਰ ਨਾਲ ਤਾਂ।
ਬਟ ਉੱਥੇ ਵਾਪਸੀ ਜੇ ਮੈਂ ਆਪਣੀ ਗੱਲ ਕਰਾਂ ਜੀ, ਮੇਰੀ ਵਾਪਸੀ ਮੇਰੀ ਭੈਣ ਕਰਕੇ ਹੋ ਗਈ ਜੀ। ਮੈਂ ਜਿੰਨਾ ਆਪਣੀਆਂ ਭੈਣਾਂ ਨੂੰ ਕਰਦਾ ਜੀ, ਮੈਂ ਦੁਨੀਆਂ 'ਚ ਕਿਸੇ ਦਾ ਨਹੀਂ ਕਰ ਸਕਦਾ ਜਿੰਨਾ ਤਾਂ ਉਹ ਮੇਰਾ ਕਰਦੀਆਂ ਨੇ। ਮੇਰੀ ਭੈਣ ਪ੍ਰੈਗਨੈਂਟ ਸੀਗੀ ਜੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਦੱਸ ਦਿੰਦਾ। ਪ੍ਰੈਗਨੈਂਟ ਸੀਗੀ ਤਾਂ ਡਿਲੀਵਰੀ ਦਾ ਟਾਈਮ ਸੀਗਾ ਜੀ ਮੇਰੀ ਭੈਣ ਦਾ, ਅਤੇ ਲੈ ਕੇ ਜਾਣ ਵਾਲਾ ਸਿਰਫ ਘਰੇ ਮੈਂ ਸੀ ਇਕੱਲਾ, ਬਾਪੂ ਜੀ ਬਾਹਰ ਸੀਗੇ ਉਦੋਂ ਮੇਰੇ। ਅਤੇ ਉਸ ਟਾਈਮ ਵੀ ਮੇਰੇ ਮਾਇੰਡ 'ਚ ਇਹ ਗੱਲ ਆਈ ਵੀ ਹੋਸਪਿਟਲ 'ਚ ਕੀ ਪਤਾ ਕਿੰਨਾ ਟਾਈਮ ਲੱਗ ਜਾਵੇ, ਮੈਂ ਆਪਣਾ ਸਮਾਨ ਲੈ ਆਵਾਂ ਪਹਿਲਾਂ ਉਸ ਸਮੇਂ ਇਹ ਖਿਆਲ ਘਰੋਂ ਤੁਰਨ ਤੋਂ ਪਹਿਲਾਂ। ਮੈਂ ਮਾਤਾ ਆਪਣੀ ਮਾਤਾ ਜੀ ਨੂੰ ਕਿਹਾ ਵੀ ਤੁਸੀਂ ਰੁਕੋ, ਮੈਂ ਗੱਡੀ 'ਚ ਤੇਲ ਘੱਟ ਆ ਵੀ ਰਸਤੇ 'ਚ ਖੜ ਨਾ ਜਾਵੇ, ਮੈਂ ਤੇਲ ਪਵਾ ਕੇ ਲਿਆ। ਤੇਲ ਲੈਣ ਗਿਆ ਜੀ ਮੈਂ, ਤਾਂ ਉਦੋਂ ਵੀ ਮੈਂ ਸਮਾਨ ਲੈਣ ਚਲੇ ਗਿਆ। ਸਮਾਨ ਜਿਹਨੇ ਮੈਨੂੰ ਦੇਣ ਆਉਣਾ ਸੀ ਜਾਂ ਜਿੱਥੋਂ ਮੈਂ ਲੈਣ ਜਾਣਾ ਸੀ, ਉਹ ਬੰਦਾ ਲੇਟ ਹੋ ਗਿਆ ਜੀ। ਉਹ ਤਕਰੀਬਨ ਇੱਕ ਘੰਟਾ ਲੱਗ ਗਿਆ ਮੈਨੂੰ ਉੱਥੇ। ਇੱਕ ਘੰਟੇ ਦੇ ਵਿੱਚ ਮੇਰੀ ਸਿਸਟਰ ਦੀ ਇੰਨੀ ਬੁਰੀ ਹਾਲਤ ਹੋ ਗਈ, ਉਹਦੇ ਕੰਨਾਂ 'ਚੋਂ ਬਲੱਡ ਆਉਣ ਲੱਗ ਗਿਆ, ਬੀ ਪੀ ਵਧਣ ਕਾਰਨ ਉਹਦੇ ਕੰਨਾਂ 'ਚੋਂ ਬਲੱਡ ਆਉਣ ਲੱਗ ਗਿਆ ਜੀ। ਉਸ ਦਿਨ ਡੈਥ ਵੀ ਹੋ ਸਕਦੀ ਸੀ, ਮੇਰੇ ਭਾਣਜੇ ਦੀ ਡੈਥ ਵੀ ਹੋ ਸਕਦੀ ਸੀ, ਕੁਛ ਵੀ ਹੋ ਸਕਦਾ ਸੀ। ਬਟ ਮੈਂ ਘਰੇ ਆਇਆ, ਮੈਂ ਫਿਰ ਨਹੀਂ ਗਲਤੀ ਮੰਨੀ, ਮੈਂ ਫਿਰ ਗਾਲਾਂ ਕੱਢੀਆਂ, ਮੇਰੀ ਗੱਡੀ ਖਰਾਬ ਹੋ ਗਈ, ਤੁਸੀਂ ਚੱਜ 'ਤੇ ਨਹੀਂ ਲੈ ਸਕਦੇ। ਘਰਦਿਆਂ 'ਚ ਗਲਤੀ ਗੱਡੀ, ਆਪਣੀ ਨਹੀਂ ਗਲਤੀ ਗੱਡੀ, ਵੀ ਤੁਸੀਂ ਗੱਡੀ ਨਹੀਂ ਚੱਜ 'ਤੇ ਲੈ ਸਕਦੇ, ਖਰਾਬ ਹੋ ਗਈ, ਇੱਦਾਂ ਹੋ ਗਈ, ਉਹ ਹੋ ਗਿਆ। ਉਹਨਾਂ ਨੂੰ ਲੈ ਕੇ ਗਿਆ, ਵਾਹਿਗੁਰੂ ਦੀ ਕਿਰਪਾ ਨਾਲ ਜੀ ਸਭ ਕੁਛ ਠੀਕ ਰਿਹਾ। ਪਹਿਲੀ ਘਟਨਾ ਤਾਂ ਇਹ ਹੋਈ, ਉਦੋਂ ਛੱਡਿਆ ਜੀ, ਮੈਂ ਫਿਰ ਦੁਬਾਰਾ ਲੱਗ ਗਿਆ ਲਾਉਣ। ਅਤੇ ਦੂਜੀ ਜਦੋਂ ਹੁਣ ਇੱਕ ਦਿਨ ਮੇਰੇ ਬਾਪੂ ਜੀ ਆ ਗਏ ਜੀ ਮੇਰੇ ਕੋਲ ਕਮਰੇ 'ਚ, ਮੈਂ ਲਾਈ ਜਾਂਦਾ ਸੀਗਾ, ਲਾਉਂਦੇ ਤਾਂ ਉੱਪਰ ਆ ਗਏ ਜੀ, ਕਿਉਂਕਿ ਮੈਂ ਘਰੇ ਇੰਨਾ ਕੁ ਸ਼ਰੇਆਮ ਹੋ ਚੁੱਕਿਆ ਸੀ ਐਂਡ 'ਤੇ। ਹੁਣ ਮੈਂ ਘਰਦਿਆਂ ਨੂੰ ਸਿੱਧਾ ਕਹਿੰਦਾ ਜੀ 2 ਮਿੰਟ ਕਿਚਨ ਤੋਂ ਬਾਹਰ ਜਾਓ। ਸ਼ਰੇਆਮ ਕਹਿੰਦੇ ਸੀ ਮੈਂ ਨਸ਼ਾ ਕਰਨਾ, ਤੁਸੀਂ ਜਾਓ। ਸ਼ਰੇਆਮ ਲਾ ਰਿਹਾ ਸੀਗਾ ਜੀ ਮੈਂ ਘਰ, ਕਿਚਨ ਤੋਂ ਬਾਹਰ ਜਾਓ 2 ਮਿੰਟ, ਮੈਂ ਪਾਣੀ ਬੋਇਲ ਕਰਨਾ ਜਾਂ ਕੁਛ ਵੀ ਕਰਨਾ। ਅਤੇ ਬਾਪੂ ਜੀ ਆ ਜੀ ਮੇਰੇ ਕੋਲ ਕਮਰੇ 'ਚ, ਤਾਂ ਮੈਂ ਲਾ ਰਿਹਾ ਸੀਗਾ ਜੀ, ਪਹਿਲਾਂ ਉਹਨਾਂ ਨੇ ਮੈਨੂੰ ਨਹੀਂ ਰੋਕਿਆ, ਮੇਰੇ ਪਿੱਛੇ ਖੜ੍ਹੇ ਰਹੇ, ਮੈਨੂੰ ਨਹੀਂ ਪਤਾ ਸੀ ਮੇਰੇ ਬੈਗ 'ਤੇ ਖੜ੍ਹੇ ਨੇ। ਮੈਂ ਆਪਣਾ ਲਾਇਆ, ਲਗਾ ਲਗੂ ਕੇ ਉੱਦਾਂ ਹੀ ਪੈ ਗਿਆ ਉੱਥੇ ਫਸ 'ਤੇ ਲੰਬਾ ਪਿਆ ਹੋਇਆ। ਤਾਂ ਬਾਪੂ ਜੀ ਨੇ ਮੈਨੂੰ ਉਠਾਲਿਆ, ਬਾਪੂ ਜੀ ਰੋਣ ਲੱਗ ਗਏ ਜੀ ਮੇਰੇ ਕੋਲ, ਕਹਿੰਦੇ ਤੂੰ ਰੋਜ਼ ਕਲੇਸ਼ ਕਰਦਾ, ਪੈਸੇ ਲੈਂਦਾ, ਤਾਂ ਸਾਡੇ ਕੋਲ ਵੀ ਇੰਨੇ ਪੈਸੇ ਹੈ ਨਹੀਂ, ਆਪਾਂ ਤੈਨੂੰ ਪਤਾ ਹੁਣ ਜ਼ਮੀਨ ਵੇਚ ਕੇ ਲਿਮਿਟ ਭਰੀ, ਕੋਈ 1 ਰੁਪਈਆ ਆਪਣੇ ਘਰ ਨਹੀਂ। ਮੈਂ ਇਸ ਟਾਈਮ 600 ਰੁਪਏ ਦਿਹਾੜੀ ਕਮਾਉਣਾ, 500 ਤੂੰ ਖਾ ਜਾਂਦਾ, ਮੈਂ 100 ਰੁਪਏ 'ਚ ਸਾਰਾ ਪਰਿਵਾਰ ਚਲਾ ਰਿਹਾ, ਜਿਹ 'ਚ ਦਵਾਈ ਵੀ ਕਿਤੇ ਆਉਣਾ ਜਾਣ ਦਾ ਵੀ। ਤੂੰ ਜਾਂ ਤਾਂ ਮੈਨੂੰ ਇੱਦਾਂ ਦੱਸ ਦੇ ਵੀ ਤਾਂ ਛੱਡਣਾ ਨਹੀਂ, ਜਿਹੜੀ ਆ ਰਹਿੰਦੀ ਆ ਥੋੜ੍ਹੀ ਬਹੁਤੀ ਇਹ ਵੀ ਵੇਚ ਦਿੰਦਾ, ਮੈਥੋਂ ਡੇਲੀ ਦਾ 1000 ਰੁਪਇਆ ਲੈ ਲਿਆ ਕਰ, ਤੈਨੂੰ ਮੈਂ ਦੇ ਦਿੰਦਾ, ਜੇ ਤਾਂ ਛੱਡਣਾ ਹੀ ਨਹੀਂ ਹੈਗਾ ਤੇਰੇ। ਹਰ ਇੱਕ ਤੈਨੂੰ ਹੀਲਾ ਕਰਕੇ ਦੇਖ ਲਿਆ, ਦਵਾਈ ਤੈਨੂੰ ਦਵਾ ਕੇ ਦੇਖ ਲਈ, ਸੈਂਟਰ ਤੈਨੂੰ ਚੁਕਾ ਕੇ ਦੇਖ ਲਿਆ, ਘਰੇ ਬੰਦ ਕਰਕੇ ਦੇਖ ਲਿਆ, ਤੂੰ ਜਾਂ ਇਹਨੂੰ ਛੱਡ ਦੇ। ਮੇਰੇ ਬਾਪੂ ਜੀ ਨੇ ਮੈਨੂੰ ਐਡੀ ਵੀ ਗੱਲ ਕਹੀ, ਕੋਈ ਪੁੱਤ ਪਿਓ ਆਪਣੇ ਪੁੱਤ ਨੂੰ ਕਹਿ ਨਹੀਂ ਸਕਦਾ, ਤੈਨੂੰ ਭੁੱਕੀ ਚਾਹੀਦੀ ਆ, ਮੈਂ ਉਹਨੂੰ ਫੀਮ ਚਾਹੀਦੀ ਆ, ਦਾਰੂ ਚਾਹੀਦੀ ਆ, ਮੈਂ ਤੈਨੂੰ ਘਰੇ ਲਿਆ ਕੇ ਦਿੰਦਾ। ਬਾਪੂ ਜੀ ਮੇਰੇ ਕੋਲ ਰੋਣੇ ਲੱਗ ਗਏ ਵੀ ਮੈਂ ਕੋਈ ਵੀ ਚੀਜ਼ ਆ ਤੈਨੂੰ ਮੈਂ ਘਰੇ ਅਰੇਂਜ ਕਰਵਾ ਦਿੰਦਾ। ਤਾਂ ਇੱਕ ਸ਼ਰਮ ਬਹੁਤ ਆਈ ਵੀਰੇ ਮਨ ਨੂੰ, ਵੀ ਮੈਂ ਯਾਰ ਕਿੱਥੇ ਬਾਪੂ ਮੇਰਾ ਸੋਫੀ, ਅੱਜ ਤੱਕ ਕਦੇ ਕੋਲ ਦੀ ਵੀ ਨਹੀਂ ਲੰਘਿਆ ਇਹ ਚੀਜ਼ਾਂ ਦੇ, ਇਹ ਮੈਨੂੰ ਐਡੀ ਗੱਲ ਕਹਿ ਰਿਹਾ ਮੈਂ ਤੈਨੂੰ ਅਰੇਂਜ ਕਰਵਾ ਦਿੰਦਾ, ਵੀ ਮਨਾ ਤੇਰੀ ਇੰਨੀ ਕੁ ਜ਼ਮੀਨ ਆਹੀ ਰਹਿ ਗਈ, ਹਰੇ ਪੱਠੇ ਜੋਗੀ ਰਹਿ ਗਈ, ਹੁਣ ਤਾਂ ਰਹਿ ਪਿੱਛੇ ਕੀ ਗਿਆ, ਕੀ ਕੁਛ ਤਾਂ ਗਾਲ ਲਿਆ ਆਪਣਾ, ਵੀ ਔਖਾ। ਭਾਅ ਜੀ ਮੈਂ ਘਰੇ ਪੈ ਗਿਆ, ਕੋਈ ਦਵਾਈ ਨਹੀਂ ਲਈ, ਕੋਈ ਕੁਛ ਨਹੀਂ ਲਿਆ। ਮੈਂ ਨੋਰਮਲ ਪਿੰਡ ਦੇ ਜਿਹੜੇ ਆਪਣੇ ਡਾਕਟਰ ਹੁੰਦੇ ਨੇ ਉਹਨਾਂ ਕੋਲ ਗਿਆ, ਇੱਕ ਉਹਨਾਂ ਨੂੰ ਕਹਿੰਦਾ ਵੀ ਵੀਰੇ ਮੈਨੂੰ ਦਰਦ ਨਾ ਹੋਵੇ, ਕੋਈ ਇੱਦਾਂ ਦੀ ਤਗੜੀ ਡੋਜ਼ ਦੀ ਦਵਾਈ ਦੇ ਦਿਉ, ਦਰਦ ਨਾ ਹੋਵੇ ਪਲੱਸ ਮੈਨੂੰ ਭੁੱਖ ਤੋਂ ਦੇ ਦਿਉ, ਕੋਈ ਉਲਟੀਆਂ ਨਾ ਲੱਗਣ, ਕਿ ਮੈਨੂੰ ਉਲਟੀਆਂ ਦੀ ਬਹੁਤ ਪ੍ਰੋਬਲਮ ਆਉਂਦੀ ਸੀਗੀ ਜੀ ਤੋੜ 'ਚ। ਮੈਂ 2-3 ਦਵਾਈਆਂ ਲੈ ਕੇ ਖੁਰਾਕਾਂ ਜੀ ਬਣਵਾ ਕੇ ਘਰੇ ਪੈ ਗਿਆ ਜੀ 2-3 ਦਿਨ, 4 ਦਿਨ ਤਾਂ ਮੈਂ ਬਹੁਤ ਔਖਾ ਰਿਹਾ। ਜਦੋਂ ਤੋੜ ਲੱਗਣੀ, ਉਹਦਾ ਇੱਕ ਹੱਲ ਹੈਗਾ ਭਾਅ ਜੀ, ਨਹਾਉਣ ਲੱਗ ਜਾਓ, ਠੰਡਾ ਪਾਣੀ ਪਾ ਲਓ, ਸਰੀਰ ਥੋੜ੍ਹੇ ਟਾਈਮ ਲਈ ਸੁੰਨ ਹੋ ਜਾਂਦਾ, ਆਪਣਾ ਬਾਡੀ ਸੁੰਨ ਹੋ ਜਾਂਦੀ ਆ, ਭਾਵੇਂ ਸਿਆਲ ਆ ਗਰਮੀ ਆ, ਠੰਡੇ ਪਾਣੀ 'ਚ ਨਹਾ ਲਓ।
ਬੋਡੀ ਸੁੰਨ ਹੋ ਜਾਂਦੀ ਆ, ਤੋੜ ਘੱਟ ਜਾਂਦੀ ਆ। ਮੈਂ ਦਿਨ ਚ ਚਾਰ ਚਾਰ ਪੰਜ ਪੰਜ ਵਾਰ ਵੀ ਨਹਾਉਣਾ, ਦਸ ਦਸ ਵਾਰ ਵੀ ਨਹਾਉਣਾ, ਹਫ਼ਤਾ ਲੰਘਿਆ, 15 ਦਿਨ ਲੰਘੇ। ਪਹਿਲੀ ਗੱਲ ਭਾਜੀ ਮੈਂ ਸਰਕਲ ਤੋੜਿਆ ਆਪਣਾ, ਸਰਕਲ ਕਿੱਦਾਂ, ਮੈਂ ਫੋਨ ਸਿਮ ਤੋੜ ਕੇ ਪਾਪਾ ਨੂੰ ਫੜਾ ਤਾ, ਮੈਂ ਮੰਗਾਂ ਵੀ ਤੁਸੀਂ ਮੈਨੂੰ ਫੋਨ ਨਹੀਂ ਦੇਣਾ, ਆਪਣਾ ਵੀ ਨਹੀਂ ਦੇਣਾ। ਸੋਸ਼ਲ ਨੈਟਵਰਕਿੰਗ ਬਿਲਕੁਲ ਬੰਦ ਕਰਤੀ, ਕਿਉਂਕਿ ਇਹ ਨਹੀਂ ਸੀ ਪਤਾ ਵੀ ਮੈਂ ਅੱਜ ਕੋਈ ਮੈਨੂੰ ਮਿਲੇ, ਯਾਰ ਦੋਸਤ ਮਿਲ ਜਾਂਦਾ ਵੀ ਆਇਆ ਕਰੀਏ, ਮਨ ਫਿਰ ਉੱਧਰ ਨੂੰ ਹੋ ਜਾਂਦਾ। ਇੱਕ ਇਹ ਵੀ ਮੈਂ ਬਹੁਤ ਗੱਲ ਨੋਟ ਕਰੀ ਆ, ਜਿੰਨਾ ਟਾਈਮ ਦਾ ਤੁਸੀਂ ਯੂਜ਼ ਕਰਦੇ ਹੋ, ਤੁਸੀਂ ਕਿਸੇ ਦੋਸਤ ਨੂੰ ਫੋਨ ਕਰੋਗੇ ਵੀ ਮੈਂ ਅੱਜ ਤੋੜ ਚਾਂ ਮੈਨੂੰ ਲਵਾ ਦੇ, ਤੁਹਾਨੂੰ ਕੋਈ ਨਹੀਂ ਮਿਲਣਾ। ਜਦੋਂ ਤੁਸੀਂ ਛੱਡਤਾ, ਕੋਈ ਕਿਸੇ ਨਾ ਕਿਸੇ ਦਾ ਫੋਨ ਆਉਣਾ ਹੀ ਆਉਣਾ ਵੀ ਆ ਜਾ ਆਪਾਂ ਲੈ ਆਉਂਦੇ ਹਾਂ, ਮੇਰੇ ਕੋਲ ਹੈਗਾ, ਜੇ ਤੂੰ ਮੈਨੂੰ ਦਵਾ ਲਿਆ ਮੈਂ ਤੈਨੂੰ ਲਵਾ ਦੂੰ ਵਿੱਚੋਂ, ਕੋਈ ਨਾ ਕੋਈ ਇੱਦਾਂ ਦੀ ਘਟਨਾ ਹੁੰਦੀ ਓ ਹੁੰਦੀ ਆ। ਸਰਕਲ ਤੋੜਨਾ ਜ਼ਰੂਰੀ ਮੇਨ ਭਾਜੀ, ਸਰਕਲ ਫੋਨ ਆਪਣਾ ਬੰਦਾ ਛੱਡ ਦੇਵੇ, ਸਰਕਲ ਤੋੜ ਲਵੇ, ਕੋਈ ਔਖੀ ਗੱਲ ਨਹੀਂ। ਮਨ ਸਮਝ ਸਭ ਤੋਂ ਬੜੀ ਗੱਲ ਆ ਭਾਜੀ, ਮਨ ਤੇ ਆਪਣੇ ਆਪਣਾ ਜਦੋਂ ਮਨ ਬਣ ਗਿਆ ਵੀ ਮੈਂ ਛੱਡਣਾ, ਬੰਦਾ ਕੀ ਨਹੀਂ ਕਰ ਸਕਦਾ, ਲਾਉਣ ਵੀ ਤਾਂ ਆਪਾਂ ਆਪਣੇ ਮਨ ਨਾਲ ਲੱਗੇ ਹਾਂ, ਛੱਡਣ ਦੀ ਕਿੱਡੀ ਗੱਲ ਆ। ਆਪਣਾ ਮਨ ਸਮਝਾਓ, ਪਲੱਸ ਨੋਰਮਲ ਦਰਦ ਦੁਰਦ ਦੀਆਂ ਗੋਲੀਆਂ ਲੈ ਲਓ, ਕੋਈ ਵਧੀਆ ਤੁਹਾਨੂੰ ਮਿਲਦੀ ਆ ਦਵਾਈ ਲੈ ਲਓ, ਕੋਈ ਗੱਲ ਨਹੀਂ। ਮੈਂ ਦਵਾਈ ਵੀ ਵਧੀਆ ਨਾਲ, ਤੁਹਾਡਾ ਸਰੀਰ ਉਹਨਾਂ ਸੌਖਾ ਰਹੂਗਾ, ਤੁਸੀਂ ਸੌਖੇ ਕੱਟ ਜਾਓਗੇ। ਮੇਨ ਆ ਮਨ, ਆਪਣਾ ਸਰਕਲ ਤੋੜ ਦਿਓ, ਸੋਸ਼ਲ ਤੁਸੀਂ ਕੈਦ ਕਰ ਲਓ ਜਾਣੀ ਆਪਣੇ ਆਪ ਨੂੰ, ਘਰੇ ਸੋਚ ਲਓ ਵੀ ਮੈਨੂੰ ਕੈਦ ਹੋਊਗੀ ਥੋੜੇ ਟਾਈਮ ਲਈ ਨਹੀਂ। ਤੁਸੀਂ ਇੱਕ ਮਹੀਨੇ 'ਚ ਪ੍ਰੋਪਰ ਤੁਹਾਡੀ ਬੋਡੀ ਨੋਰਮਲ ਸੋਫ ਹੀ ਹੋ ਜਾਂਦੀ ਆ, ਘਰੇ ਕੰਮ ਕਾਰ ਕਰੋ, ਤੁਹਾਡਾ ਮਨ ਲੱਗਿਆ ਰਹੂ। ਯਾਨੀ 6 ਮਹੀਨੇ ਮੈਂ ਕਹਿੰਦਾ ਭਾਜੀ ਘੱਟ ਤੋਂ ਘੱਟ, ਯਾਨੀ ਉਹਦਾ ਸਾਲ ਕਰ ਲਵੇ ਬੰਦਾ ਜ਼ਿਆਦਾ ਵਧੀਆ। 6 ਮਹੀਨੇ ਤੁਸੀਂ ਕਿਸੇ ਨੂੰ ਮਿਲੋ ਗਿਲੋ ਨਾ, ਘਰੇ ਪ੍ਰੋਪਰ ਬੰਦ ਰਹੋ। ਮੈਂ ਮਾਂ ਜਿਹੜੇ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਮਾਂ ਪਿਓ ਨੂੰ ਵੀ ਇਹ ਬੇਨਤੀ ਉਹ ਕਰਦਾ ਵੀ ਬੱਚਿਆਂ ਨੂੰ ਘਰੋਂ ਨਿਕਲਣ ਤੋਂ ਬੰਦ ਕਰ ਦਿਓ। ਜਦੋਂ ਆਪਾਂ ਜਾਵਾਂਗੇ ਨਹੀਂ ਕਿਤੇ ਭਾਜੀ, ਘਰੇ ਤਾਂ ਹੁਣ ਆਪਾਂ ਨੂੰ ਵੀ ਫੜਾ ਕੇ ਜਾਣੋ ਰਿਹਾ, ਉਹ ਵੀ ਘਰ ਦੇ ਨਿਗਾਹ ਰੱਖਣਗੇ, ਕੋਈ ਚੀਜ਼ ਆਪਾਂ ਨੂੰ ਫੜਾਓ, ਉੱਪਰ ਦੀ ਵੀ ਸਿੱਟ ਕੇ ਜਾਣੋ, ਕੋਈ ਫ੍ਰੀ ਇੱਦਾਂ ਦੀ ਕੋਈ ਚੀਜ਼ ਹੈ ਨਹੀਂ, ਬੰਦਾ ਫ੍ਰੀ ਦੇ ਜੂ, ਕੋਈ 1-2 ਰੁਪਏ ਦੀ ਚੀਜ਼ ਤਾਂ ਹੈ ਨਹੀਂ। ਇੱਕ ਘਰਦਿਆਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਕਿਹੜੀ ਸੰਗਤ 'ਚ ਆ, ਉਹਨਾਂ ਦੇ ਯਾਰ ਦੋਸਤ ਕੌਣ ਹੈ, ਥੋੜ੍ਹਾ ਬਹੁਤ ਰੱਖਣਾ ਚਾਹੀਦਾ। ਮੇਨ ਭਾਜੀ ਆਪਣੇ ਪਿੰਡਾਂ ਦੇ ਲੋਕ ਜ਼ਿਆਦਾ ਇਹ ਚੀਜ਼ 'ਚ ਪਏ ਹੋਏ ਨੇ, ਗਾਈਡੈਂਸ ਦੀ ਕਮੀ ਆ ਜੀ ਆਪਣੇ ਪਿੰਡਾਂ 'ਚ। ਜਿਹੜਾ ਕੋਈ ਹਾਇਰ ਕਲਾਸ ਦਾ ਉਹ ਨਹੀਂ ਇਹ ਕੰਮ ਕਰੂ, ਤੁਸੀਂ ਵੀ ਫਿਰ ਦੇਖਦੇ ਹੋ ਜੀ, ਬਹੁਤ ਘੱਟ ਰੇਅਰ ਚਾਂਸ ਹੋਣਗੇ ਵੀ ਕੋਈ ਹਾਇਰ ਕਲਾਸ ਦਾ ਬੰਦਾ ਇਹ ਚੀਜ਼ 'ਚ ਪੈ ਗਿਆ। ਜੇ ਪਊ ਤਾਂ ਉਹ ਕਦੇ ਕਦੇ ਵਾਲਾ ਹੋਊ, ਤਾਂ ਡੇਲੀ ਯੂਜ਼ ਵਾਲਾ ਨਹੀਂ ਹੋ, ਡੇਲੀ ਵਾਲੇ ਹੁੰਦੇ ਨੇ ਜੀ ਪਿੰਡਾਂ ਦੇ। ਐਜੂਕੇਸ਼ਨ ਦੀ ਕਮੀ ਲਾ ਲਓ ਜਾਂ ਇਨਫੋਰਮੇਸ਼ਨ ਦੀ ਕਮੀ ਲਾ ਲਓ, ਕੋਈ ਵੀ ਕੌਂਸਲਿੰਗ ਦੀ ਕਮੀ ਲਾ ਲਓ। ਪਹਿਲੀ ਗੱਲ ਤਾਂ ਆਪਾਂ ਪਲੱਸ ਟੂ ਕਰ ਲੈਂਦੇ, ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਆਪਾਂ ਜਾਣਾ ਕਿੱਧਰ ਨੂੰ। ਮੇਰਾ ਦੋਸਤ ਆ ਡਿਗਰੀ ਕਰਨ ਲੱਗਿਆ ਨਾਲ ਲੱਗ ਗਏ, ਕੋਈ ਬੰਦੇ ਨੂੰ ਆਪਣਾ ਏਮ ਗੋਲ ਕੁਛ ਨਹੀਂ ਪਤਾ ਹੁੰਦਾ। ਠੀਕ ਹੈ। ਅੱਛਾ ਇੱਕ ਸਵਾਲ ਮੈਂ ਤੁਹਾਡੇ ਤੋਂ ਹੋਰ ਪੁੱਛਣਾ ਵੀ, ਜਦੋਂ ਤੁਸੀਂ ਨਸ਼ਾ ਕਰਦੇ ਸੀ ਅਤੇ ਅੱਜ ਤੁਸੀਂ ਛੱਡਿਆ ਹੋਇਆ, ਇਹਨਾਂ ਦੋ ਜ਼ਿੰਦਗੀਆਂ ਤੁਹਾਡੀਆਂ, ਇੱਕ ਨਸ਼ਾ ਕਰਨ ਵਾਲੀ ਅਤੇ ਇੱਕ ਹੁਣ ਆਮ ਜ਼ਿੰਦਗੀ ਜਿਉ ਰਹੇ ਹੋ, ਹਾਂਜੀ, ਇਹਨਾਂ 'ਚ ਫਰਕ ਕੀ ਦੇਖਿਆ ਤੁਸੀਂ? ਫਰਕ ਭਾਜੀ, ਜਿੰਨਾ ਟਾਈਮ ਦਾ ਬੰਦਾ ਨਸ਼ਾ ਕਰਦਾ ਉਹਨੂੰ ਆਪਣੇ ਆਪ ਨੂੰ ਤਾਂ ਲੱਗਦਾ ਮੈਂ ਬਹੁਤ ਘੈਂਟ ਹਾਂ, ਮੈਂ ਬਹੁਤ ਵਧੀਆ, ਮੈਂ ਇੱਦਾਂ ਕਰਦਾ ਉੱਦਾਂ, ਉਹਨੂੰ ਪਤਾ ਹੀ ਨਹੀਂ ਲੱਗਦਾ ਕੁਛ। ਬੰਦਾ ਕਰ ਤੁਸੀਂ ਸਭ ਕੁਛ ਰਹੇ ਹੁੰਦੇ, ਤੁਹਾਨੂੰ ਮਤਲਬ ਇੱਦਾਂ ਕੋ ਆਪਣੇ ਆਪ ਪਤਾ ਨਹੀਂ ਹੁੰਦਾ ਵੀ ਮੈਂ ਕੀ ਗਲਤ ਕਰ ਰਿਹਾ ਸਹੀ ਕਰ ਰਿਹਾ। ਗਲਤ ਮੀਨਸ ਕਿਸੇ ਨਾਲ ਲੜ ਪਿਆ ਜਾਂ ਕੁਛ। ਇੱਕ ਭਾਜੀ ਮੈਂ ਹੋਰ ਬਹੁਤ ਗੱਲ ਨੋਟ ਕੀਤੀ ਆ, ਮੈਨੂੰ 8 ਸਾਲ ਦੇ ਆਪਣੇ ਇਹ ਦੌਰ ਦੇ ਵਿੱਚ ਚਿੱਟੇ ਵਾਲਾ ਬੰਦਾ ਕਰੈਕਟਰਲੈਸ ਨਹੀਂ ਹੋ, ਮੈਂ ਇਹ ਚੀਜ਼ ਦੀ ਹਮਾਇਤ ਕਰਦਾ ਚਿੱਟੇ ਵਾਲਿਆਂ ਦੀ, ਧਿਆਨ ਨਹੀਂ ਉੱਧਰ ਜਾਂਦਾ ਕਿਸੇ ਕੁੜੀ ਵੱਲ ਜਾਂ ਇੱਦਾਂ ਦੇ ਕਿਸੇ ਕੰਮ ਵੱਲ ਧਿਆਨ ਨਹੀਂ ਜਾਂਦਾ ਉਹਦਾ, ਉਹਦਾ ਆਪਣਾ ਸਿਰਫ ਇੱਕੇ ਹੁੰਦਾ, ਟੀਚਰ ਸੁਬਾਹ ਉੱਠੇ ਹੱਲ ਕਰਿਆ ਲਾਇਆ ਸੌਂਗੇ, ਕਰੈਕਟਰਲੈਸ ਬਹੁਤ ਘੱਟ ਹੋ ਜੀ ਇਹ ਬੰਦਾ ਜੀ ਇਹ ਕੰਮ ਵਾਲਾ।
ਤੁਸੀਂ ਕਦੇ ਸੁਣੋਗੇ ਨੀ ਵੀ ਚਿੱਟੇ ਵਾਲੇ ਬੰਦੇ ਨੇ ਕਿਸੇ ਦੀ ਛੇੜਖਾਨੀ ਕਰਤੀ ਜਾਂ ਕੋਈ ਏਦਾਂ ਗਲਤ ਕੰਮ ਕਰਤਾ, ਇਹ ਕੰਮ ਨਹੀਂ ਕਰੂ। ਅੱਛਾ, ਹੁਣ ਇਸ ਸਮੇਂ ਕੋਈ ਹੋਰ ਨਸ਼ਾ ਕਰ, ਮਤਲਬ ਜਿਵੇਂ ਦਾਰੂ ਪੀਣ ਲੱਗ ਜਾਂਦੇ ਕਈ, ਚਿੱਟਾ ਪੀ ਰਹੇ ਹੋ ਏਦਾਂ ਵਗੈਰਾ ਕੁਝ ਹੁੰਦਾ? ਪਹਿਲਾਂ ਪੀਤੀ ਆ ਭਾਜੀ, ਮੈਂ ਜਦੋਂ ਛੱਡ ਰਿਹਾ ਸੀਗਾ ਦਾਰੂ ਪੀਤੀ ਆ ਜੀ, ਬਿਲਕੁਲ ਪੀਤੀ ਆ, ਡੇਲੀ ਪੀਤੀ ਆ, ਪਰ ਲਿਮਿਟ 'ਚ ਰਹਿ ਕੇ। ਹੁਣ ਇਸ ਟਾਈਮ ਮੈਂ ਬਿਲਕੁਲ ਫ੍ਰੀ ਬੈਠਾ ਜੀ। ਇਹ ਤੁਸੀਂ ਮੰਨਦੇ ਵੀ ਨਸ਼ਾ ਨਸ਼ਾ ਹੁੰਦਾ, ਚਾਹੇ ਦਾਰੂ ਹੋਵੇ, ਫੀਮ ਹੋਵੇ, ਚਾਹੇ ਉਹ ਚਿੱਟਾ ਹੋਵੇ? ਦਾਰੂ ਤਾਂ ਇੱਦਾਂ ਸੀਗਾ ਜੀ, ਜਦੋਂ ਤੋੜ ਲੱਗਦੀ ਸੀ, ਸਲਾਹਾਂ ਦੇਣ ਵਾਲੇ ਬਹੁਤ ਆਉਂਦੇ ਤੁਹਾਡੇ ਕੋਲ ਉਸ ਟਾਈਮ। ਇਹ ਸਲਾਹ, ਮੇਨ ਸਲਾਹਾਂ ਇਹੀ ਦੇਣ ਆਉਂਦੇ ਸੀ ਵੀ ਨਸ਼ਾ ਨਸ਼ੇ ਨੂੰ ਕੱਟ ਦਿੰਦਾ, ਕੋਈ ਛੋਟਾ ਨਸ਼ਾ ਖਾਣ ਲੱਗ ਜਾ ਵੀ ਤੇਰਾ ਮਨ ਖੜਨ ਲੱਗ ਜੂ, ਮਨ ਸਮਝਾਉਣ ਲੱਗ ਜਾ। ਉਹ ਪੀਤੀ ਜੀ ਮੈਨੂੰ ਨਹੀਂ ਫਿੱਟ ਆਈ, ਮੈਂ ਤਾਂ ਬਿਮਾਰ ਹੋਣ ਲੱਗ ਗਿਆ, ਮੈਂ ਉਲਟੀਆਂ ਆ ਜਾਂਦੀਆਂ ਸੀ ਮੈਨੂੰ, ਮੈਂ ਹੋਰ ਔਖਾ ਹੁੰਦਾ ਸੀ ਰਾਤ ਨੂੰ। ਮੈਂ ਜ਼ਿਆਦਾ ਟਾਈਮ ਨਹੀਂ ਪੀਤੀ, ਹਫ਼ਤਾ 10 ਦਿਨ ਪੀਤੀ ਹੋ, ਉਹਨਾਂ ਟਾਈਮ ਬਸ। ਉਹ ਤੋਂ ਪਹਿਲਾਂ ਵੀ ਨਹੀਂ ਸੀ ਕਦੇ ਪੀਤੀ, ਉਹ ਤੋਂ ਬਾਅਦ ਵੀ ਨਹੀਂ ਪੀਤੀ ਦਾਰੂ ਦਾ ਜੀ, ਨਹੀਂ ਪੀਤੀ ਕਦੇ। ਅਖੀਰ 'ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਵੈਸੇ ਤਾਂ ਤੁਸੀਂ ਦੱਸਿਆ ਇੰਟਰਵਿਊ ਦੇ ਵਿੱਚ, ਪਰ ਅਖੀਰ 'ਤੇ ਨੌਜਵਾਨਾਂ ਨੂੰ ਜ਼ਰੂਰ ਕੁਝ ਦੱਸੋ, ਜਿਹੜੇ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਵੀ ਇਸ ਕਰਕੇ ਲੱਗੇ ਕਿ ਐਵੇਂ ਕਿਵੇਂ ਨਹੀਂ ਛੱਡਿਆ ਜਾਂਦਾ, ਲਿਓ ਮੈਂ ਛੱਡ ਕੇ ਦੇਣਾ। ਕਈ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਸੋਸ਼ਲ ਮੀਡੀਆ 'ਤੇ ਹਵਾ ਕਰਨ ਦੇ ਲਈ ਲੱਗ ਜਾਂਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਰਾਹ ਕਿਹੋ ਜਿਹੇ ਨੇ, ਉਹਨਾਂ ਮੁੰਡਿਆਂ ਨੂੰ ਕੀ ਕਹੋਗੇ? ਇਹ ਸ਼ੋਸ਼ੇਬਾਜ਼ੀ ਦੀ ਭਾਜੀ, ਜਿੱਦਾਂ ਤੁਸੀਂ ਗੱਲ ਕਹੀ ਵੀ ਐਵੇਂ ਕਿਤੇ ਨਹੀਂ ਛੱਡਿਆ ਜਾਂਦਾ, ਮੈਂ ਇੱਕ ਛੋਟੀ ਜਿਹੀ ਗੱਲ ਐਡ ਕਰ ਸਕਦਾ ਹੈਗਾ? ਜੀ ਜੀ ਬਿਲਕੁਲ ਬਿਲਕੁਲ, ਬਹੁਤ ਸਮਾਂ ਜੀ। ਹਾਂਜੀ, ਇੱਕ ਮਨੁੱਖਤਾ ਦੀ ਸੇਵਾ ਸੁਸਾਇਟੀ ਆ ਜੀ ਲੁਧਿਆਣੇ, ਬਹੁਤ ਆਪਣੇ ਮੈਂਟਲ ਪੇਸ਼ੈਂਟਾਂ ਦਾ ਕੰਮ ਕਰਦੇ। ਉਹਨਾਂ ਕੋਲ ਕੁੜੀ ਆਈ, ਅੱਜ ਤੋਂ 1 ਸਾਲ ਪਹਿਲਾਂ ਦੀ ਵੀਡੀਓ ਆ, ਅੱਜ ਵੀ ਪਈ ਆ ਨੈੱਟ 'ਤੇ, ਆਪਣੇ ਯੂਟਿਊਬ 'ਤੇ ਪਈ ਆ। ਉਹ ਕੁੜੀ ਦਾ ਮਤਲਬ ਜਿਹੜਾ ਘਰ ਵਾਲਾ ਸੀਗਾ ਜੀ, ਉਹ ਚਿੱਟੇ ਦੱਸਦੀ ਸੀ, ਉਹ ਆਪਣੇ ਡੇਲੀ ਘਰ ਵਾਲੇ ਨੂੰ ਰੋਕਦੀ ਸੀ ਵੀ ਤੂੰ ਇਹਨੂੰ ਛੱਡ ਦੇ, ਉਹ ਕਹਿੰਦਾ ਛੱਡਿਆ ਨਹੀਂ ਜਾਂਦਾ। ਉਹਨੇ ਆਪਣੀ ਘਰਵਾਲੀ ਨੂੰ ਚੌੜਬਾਜ਼ੀ 'ਚ ਇਹ ਗੱਲ ਕਹੀ, ਤੂੰ ਹਫ਼ਤਾ ਲਾ ਕੇ ਦੇਖ ਮੈਨੂੰ ਛੱਡ ਕੇ ਦਿਖਾਈ, ਫਿਰ ਤੈਨੂੰ ਮੰਨ ਜੂ ਮੈਂ ਵੀ ਛੱਡ ਦੂੰ। ਉਹਨੇ ਆਪਣੀ ਘਰਵਾਲੀ 'ਤੇ ਖੁਦ ਲਗਾਇਆ ਜੀ ਕੁੜੀ ਦੇ, ਉਹਦੇ ਚਿੱਟਾ ਪਹਿਲੀ ਵਾਰ ਟੀਕਾ ਖੁਦ ਲਗਾਇਆ, 1 ਹਫ਼ਤਾ 10 ਦਿਨ ਲਗਾਤਾਰ ਉਹਨੇ ਲਾਇਆ, ਕੁੜੀ ਖੁਦ ਦੱਸ ਰਹੀ ਹੈ ਜੀ, ਵੀਡੀਓ ਪਈ ਆ ਉਹਦੀ, ਅਤੇ ਉਹ ਰੈਗੂਲਰ ਹੋ ਗਈ। ਕੁੜੀ ਸੀਗੀ ਜੀ ਘਰ 'ਚ ਸਭ ਤੋਂ ਬੜੀ, ਉਹ ਕੁੜੀ ਦਾ ਕੋਈ ਡਿਵੋਰਸ ਵਗੈਰਾ ਹੋਇਆ ਤਾਂ ਆਪਣੇ ਪੇਕੇ ਰਹਿਣ ਆਈ, ਉਹਨੂੰ ਦੇਖ ਕੇ ਉਹਦੇ ਦੋਵੇਂ ਛੋਟੇ ਭਾਈ ਲੱਗ ਗਏ ਜੀ, ਅਤੇ ਬਾਪੂ ਜੀ ਉਹਨਾਂ ਦੇ, ਉਹ ਵੀ ਸਮੈਕ ਪੀਂਦੇ ਸੀ ਪਹਿਲਾਂ ਤੋਂ। ਉਹਨਾਂ ਦੀ ਇੱਕ ਭੈਣ ਵਿਆਹੀ, ਉਹਨਾਂ ਨੇ ਦੋਵੇਂ ਸਾਲਿਆਂ ਨੇ ਰਲ ਕੇ ਆਪਣਾ ਜੀਜਾ ਪੀਣ ਲਾ ਲਿਆ ਜੀ ਨਾਲ। ਇਸ ਟਾਈਮ ਉਹ ਪਰਿਵਾਰ ਦਾ 1 ਵੀ ਜੀ ਨਹੀਂ ਜਿਹੜਾ ਨਸ਼ਾ ਨਹੀਂ ਕਰਦਾ। ਚਲੋ ਹੁਣ ਭੈਣ ਨੇ ਛੱਡਿਆ ਜੀ ਉਹਨੇ, ਉਹ ਵੀ ਮੈਂ ਉਹ ਤੋਂ ਬਹੁਤ ਮੋਟੀਵੇਸ਼ਨ ਲਈ, ਉਹਦੀ ਵੀਡੀਓਜ਼ ਦੇਖੀਆਂ, ਮਨੁੱਖਤਾ ਦੀ ਸੇਵਾ ਚੈਨਲ 'ਤੇ ਪਈਆਂ ਨੇ ਜੀ। ਇਸ ਟਾਈਮ ਉਹ ਭੈਣ ਬਿਲਕੁਲ ਆਪਣਾ ਵਧੀਆ ਜੀਵਨ ਜੋ ਰਹੀ ਆ, ਇੱਥੇ ਸੇਵਾ ਕਰਦੀ ਆ, ਸੋਸਾਇਟੀ ਨਾਲ ਜੁੜੀ ਹੋਈ ਆ। ਅੰਮ੍ਰਿਤਸਰ ਏਰੀਏ ਦੀ ਘਟਨਾ ਜੀ, ਗੁਰਹਰ ਸਾਹਿਬ ਏਰੀਆ ਪੈ ਜਾਂਦਾ ਉੱਧਰ, ਉੱਧਰ ਦੀ ਆ ਜੀ। ਮੈਂ ਤਾਂ ਇਹ ਹੈਰਾਨ ਹਾਂ ਵੀ ਚਲੋ ਮੁੰਡੇ ਬਾਹਰ ਫਿਰਦੇ ਤੁਰਦੇ ਨੇ, ਚੌੜਬਾਜ਼ੀ 'ਚ ਲੱਗ ਗਏ। ਭਾਜੀ ਮੈਂ ਖੁਦ ਦੇਖੀਆਂ, ਕੁੜੀਆਂ ਦੇਖੀਆਂ ਲੁਧਿਆਣੇ ਸ਼ਹਿਰ 'ਚ, ਜਿਹੜੀਆਂ ਆਦੀ ਹੋ ਚੁੱਕੀਆਂ ਨੇ, ਮੰਗ ਕੇ ਸਾਰਾ ਦਿਨ ਉਹਨਾਂ ਨੇ ਮੰਗਣਾ ਟ੍ਰੈਫਿਕ ਸਿਗਨਲ 'ਤੇ ਜਾਂ ਉੱਦਾਂ ਬੱਸਾਂ ਵਗੈਰਾ 'ਚ, ਅਤੇ ਸ਼ਾਮ ਨੂੰ ਚਿੱਟਾ ਲਾਉਣਾ। ਕੁੜੀਆਂ ਵੀ ਹੈ, ਕੁੜੀਆਂ ਬਹੁਤ ਜ਼ਿਆਦਾ ਭਾਜੀ, ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਟਾਈਮ। ਅਫਸੋਸ ਹੈ ਜ਼ਿੰਦਗੀ 'ਚ ਕੋਈ? ਭਾਜੀ ਬਹੁਤ ਅਫਸੋਸ, ਬਹੁਤ ਜ਼ਿਆਦਾ ਜੀ। ਮੈਂ ਆਪਣੇ 8 ਸਾਲ ਗਾਲ ਲਏ, ਜ਼ਮੀਨ ਗਵਾ ਲਈ ਆਪਣੀ, ਰਿਸ਼ਤੇ ਗਵਾ ਲਏ, ਹਜੇ ਵੀ ਮੇਰੇ 'ਤੇ ਕੁਝ ਯਕੀਨ ਨਹੀਂ ਕਰਦਾ, ਮੈਂ ਖੁਦ ਕਹਿ ਰਿਹਾ ਜੀ ਇਹ ਗੱਲ। ਵਿਆਹ 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 'ਚ ਆ ਰਹੀਆਂ ਦਿੱਕਤਾਂ ਹਾਲੇ ਵੀ? ਵਿਆਹ ਭਾਜੀ ਹਜੇ ਟਰਾਈ ਤਾਂ ਕੀਤੀ ਨਹੀਂ, ਦਿੱਕਤ ਆਊ ਜੀ 100% ਆਊਗੀ, ਮੈਂ ਇਹ ਮੰਨਦਾ ਇਹ ਗੱਲ, ਮੈਨੂੰ ਆਪਾਂ ਭਾਨੀ ਕਹਿ ਦਿੰਦੇ ਹਾਂ ਪਿੰਡਾਂ 'ਚ। ਯਕੀਨ ਕਿਉਂ ਨਹੀਂ ਕਰ ਰਿਹਾ ਅੱਜ ਵੀ? ਅੱਜ ਤਾਂ ਤੁਹਾਨੂੰ ਤੁਸੀਂ ਦੱਸ ਰਹੇ ਹੋ ਸਾਲ ਹੋ ਗਿਆ ਮੈਨੂੰ ਛੱਡੇ। ਯਕੀਨ ਭਾਜੀ ਬਣਾਉਣਾ ਬਹੁਤ ਔਖਾ, ਟੁੱਟਦਾ ਬਹੁਤ ਛੇਤੀ ਆ, ਹੁਣ ਟੁੱਟਿਆ ਹੋਇਆ ਹਰ ਇੱਕ ਨੂੰ ਆਲੇ ਦੁਆਲੇ ਮਸ਼ਹੂਰ ਹੋ ਜਾਂਦਾ ਬੰਦਾ, ਇਹ ਬੰਦਾ ਇਹ ਕੰਮ ਵਾਲਾ, ਪਿੰਡਾਂ 'ਚ ਤਾਂ ਬਹੁਤ ਛੇਤੀ ਗੱਲ ਇਹ ਫੈਲਦੀ ਆ।
ਹੁਣ ਚਿੱਟੇ ਵਾਲੇ ਦੇ ਭਾਜੀ ਕੋਈ ਸਗਾ ਰਿਸ਼ਤੇਦਾਰ ਮੈਂ ਆਪਣਾ ਇੰਨਾ ਗੱਲ ਕਰਦਾ ਕਹਿ ਸਕਦਾ ਵੀ ਆਪਣਾ ਬਾਪ ਵੀ ਯਕੀਨ ਨਹੀਂ ਕਰਦਾ ਕਿਸੇ ਨੇ ਕੀ ਕਰਨਾ। ਹੁਣ ਤਾਂ ਨਹੀਂ ਕਦੀ ਖਿਆਲ ਆਇਆ ਕਿ ਦੁਬਾਰਾ? ਬਿਲਕੁਲ ਨਹੀਂ ਭਾਜੀ, ਜਮਾਂ ਹੀ ਨਹੀਂ। ਮੇਰੇ ਸਾਹਮਣੇ ਰੱਖ ਦਿਓ, ਮੈਂ ਨਹੀਂ ਕਰੂੰਗਾ, ਠੋਕ ਕੇ ਕਹਿ ਸਕਦਾ ਇਹ ਗੱਲ। ਹੁਣ ਜਦੋਂ ਟਾਈਮ ਮੈਨੂੰ ਸਾਲ ਦੇ ਕਰੀਬ ਹੋ ਚੱਲਿਆ ਛੱਡੇ ਨੂੰ, ਹੁਣ ਨਹੀਂ ਚੜ੍ਹਦੀ ਕਲਾ ਚ ਪੂਰਾ ਪੂਰਾ ਜੀ ਕੰਮ ਕਾਰ ਕਰ ਰਿਹਾ ਇਸ ਟਾਈਮ। ਮੈਂ ਕੰਮ ਵੀ ਕਰਦਾ, ਡਰਾਈਵਰੀ ਕਰਦਾ ਜੀ, ਕੰਮ ਕਰ ਰਿਹਾ ਜੀ ਮੈਂ। ਸ਼ੁਕਰੀਆ ਸਮੇਂ ਦੇਣ ਦੇ ਲਈ, ਤੇ ਬਹੁਤ ਚੰਗਾ ਲੱਗਿਆ ਕਿ ਤੁਸੀਂ ਇੱਕ ਐਸੀ ਦਲਦਲ ਤੋਂ ਬਾਹਰ ਆਏ ਹੋ ਜਿੱਥੇ ਅਸੀਂ ਦੇਖਿਆ ਕਿ ਜਿਹੜਾ ਇੱਕ ਵਾਰੀ ਧੱਸਦਾ ਹੈ ਉਹ ਵਾਪਸ ਉਸਦੇ ਵਿੱਚੋਂ ਨਹੀਂ ਆਉਂਦਾ, ਪਰ ਤੁਸੀਂ ਉਹਨਾਂ ਨੌਜਵਾਨਾਂ 'ਚੋਂ ਇੱਕ ਹੋ, ਉਹਨਾਂ ਮੁੰਡਿਆਂ 'ਚੋਂ ਇੱਕ ਹੋ ਜਿਨ੍ਹਾਂ ਨੇ ਉਸ ਨਰਕ ਨੂੰ ਜਿਹੜਾ ਉਹ ਛੱਡ ਕੇ ਇੱਕ ਚੰਗੀ ਜ਼ਿੰਦਗੀ 'ਚ ਵਾਪਸੀ ਕੀਤੀ ਆ। ਉਮੀਦ ਕਰਦਾ ਤੁਹਾਨੂੰ ਦੇਖਣ ਵਾਲੇ, ਜੇ ਕੋਈ ਕੋਈ ਅਜਿਹਾ ਮੁੰਡਾ ਦੇਖਦਾ, ਕੁੜੀ ਦੇਖਦੀ ਜੋ ਇਸ ਸਮੇਂ ਨਸ਼ਾ ਕਰ ਰਿਹਾ, ਸ਼ਾਇਦ ਦੇਖ ਕੇ ਤੁਹਾਨੂੰ ਜ਼ਿੰਦਗੀ 'ਚ ਵਾਪਸ ਆਉਣ। ਇੱਕ ਗੱਲ ਵੀਰ ਜੀ ਐਡ ਕਰਨੀ ਚਾਹੁੰਦਾ, ਜੀ ਜੇ ਕੋਈ ਵੀ ਬੰਦਾ ਛੱਡਣਾ ਚਾਹੁੰਦਾ ਤੇ ਮੈਂ ਆਪਣੇ ਕੋਲ ਰੱਖ ਕੇ ਛੱਡਾਂ, ਫ੍ਰੀ ਛੱਡਾਂ, ਕੋਈ ਪੈਸਾ ਨਹੀਂ ਲੈਂਦਾ ਮੈਂ, ਕੋਈ ਸੈਂਟਰ ਵਗੈਰਾ ਵਾਲਾ ਕੰਮ ਨਹੀਂ। ਸਿਰਫ ਮੈਂ ਇੱਕ ਜਾਂ ਦੋ ਬੰਦੇ ਰੱਖ ਸਕਦਾ ਘਰੇ ਆਪਣੇ ਪਰਿਵਾਰ 'ਚ, ਇੱਕ ਬੰਦੇ ਨੂੰ ਛੱਡਾ ਸਕਦਾ ਇੱਕ ਟਾਈਮ 'ਤੇ। ਮੇਰੇ ਕੋਲ ਆਓ ਤੁਸੀਂ, ਤੁਹਾਡਾ ਆਪਣਾ ਮਨ ਆ, ਆਪਣੇ ਮਨ ਨਾਲ ਆਓ, ਜੋ ਮੈਂ ਖਾਣਾ ਪੀਣਾ ਮੈਂ ਪਾਉਣਾ ਉਹਨੂੰ ਬਰਾਬਰ ਮਿਲੂ, ਨਾ ਫੋਨ ਮਿਲਣਾ ਨਾ ਮੈਂ ਕਿਸੇ ਨਾਲ ਗੱਲ ਕਰਵਾਉਣੀ ਆ, ਤੁਹਾਡੇ ਨਾਲ ਗੱਲ ਤੁਹਾਡੇ ਘਰਦਿਆਂ ਨੇ ਪੱਕੀ ਕਰਕੇ ਆ, ਇੱਕ ਸਾਲ ਮੈਂ ਘਰੇ ਨਹੀਂ ਜਾਣ ਦੇਣਾ। ਤੁਹਾਨੂੰ ਇਹ ਹੈ ਕਿ ਜਿਵੇਂ ਮੇਰੀ ਮੈਂ ਛੱਡਿਆ ਵੀ ਮੈਂ ਕੋਈ ਹੋਰ ਸੁਧਰੇ ਭਾਜੀ, ਮੈਂ ਛੜਾਇਆ ਦੋ ਮੁੰਡਿਆਂ ਦਾ ਛੜਵਾਇਆ, ਆਪਣੇ ਪਿੰਡਦਿਆਂ ਦਾ ਛੜਵਾਇਆ, ਪਿੰਡ ਦੇ ਵਿੱਚ ਰਹਿੰਦੇ ਹੋਏ ਵੀ ਮੈਂ ਉਹਨਾਂ ਨੂੰ ਉਹਦੇ ਘਰੇ ਨਹੀਂ ਜਾਣ ਦਿੱਤਾ, ਆਪਣੇ ਘਰੇ 6 ਮਹੀਨੇ ਆਪਣੇ ਘਰੇ ਰੱਖਿਆ ਜੀ, ਬਿਲਕੁਲ ਮੈਂ ਬੰਦ ਕਰਤਾ ਜੀ ਉਹਨਾਂ ਦਾ ਕੰਮ, ਤੁਸੀਂ 6 ਮਹੀਨੇ ਅੱਜ ਬਿਲਕੁਲ ਸਹੀ ਨਹੀਂ ਉਹ ਕੰਮ ਕਰਦੇ ਨੇ, ਅਤੇ ਮੈਂ ਬਾਅਦ 'ਚ ਵੀ ਪੁੱਛਦਾ ਰਹਿਣਾ ਉਹਨਾਂ ਦੇ ਘਰਦਿਆਂ ਨੂੰ, ਮੁੰਡਿਆਂ ਦੀ ਵੀ ਨਿਗ੍ਹਾ ਰੱਖੀ ਹੋਈ ਆ ਵੀ ਸਹੀ ਆ। ਜੇ ਕਿਸੇ ਮੇਰੇ ਵੀਰ ਦਾ ਮਨ ਹੈਗਾ ਛੱਡਣ ਦਾ, ਮੈਨੂੰ ਕੋਈ ਇਤਰਾਜ਼ ਨਹੀਂ, ਆਪਣੇ ਘਰੇ ਮੇਰਾ ਮਾਤਾ ਦੇ ਮਾਤਾ ਜੀ ਆ, ਡੈਡੀ ਜੀ ਨੇ ਮੇਰੇ, ਤੀਜਾ ਮੈਂ ਕੋਈ ਘਰੇ ਹੈ ਨਹੀਂ ਹੋਰ, ਮੈਂ ਆਪਣੇ ਘਰ ਰੱਖ ਕੇ ਛੱਡਵਾਉ ਜੇ ਕਿਸੇ ਨੇ ਛੱਡਣਾ। ਨੰਬਰ ਬੋਲ ਦਿਓ ਆਪਦਾ ਇੱਥੇ। ਨੰਬਰ ਵੀਰੇ ਮੇਰਾ ਨੋਟ ਕਰ ਲਓ, 6284229200, 6842429200। ਕਿਸੇ ਟਾਈਮ ਵੀ ਮੈਨੂੰ ਕਾਲ ਕਰ ਸਕਦੇ ਹੋ ਤੁਸੀਂ, ਕੋਈ ਚੱਕਰ ਨਹੀਂ, ਮੈਂ ਛੱਡਵਾਉਂਗਾ ਤੁਹਾਡਾ ਜੀ। ਬਿਲਕੁਲ, ਜਿਵੇਂ ਇਹ ਇਹਨਾਂ ਦਾ ਇਹ ਮੰਨਣਾ ਕਿ ਜਿਵੇਂ ਮੇਰੀ ਜ਼ਿੰਦਗੀ ਦੇ 8 ਸਾਲ ਬਰਬਾਦ ਹੋਏ ਕਿਸੇ ਹੋਰ ਦੇ ਨਾ ਹੋਣ, ਹੋਰ ਵੀ ਲੋਕ ਜਿਹੜੇ ਆ ਉਹ ਵਾਪਸ ਆਪਦੀ ਵਧੀਆ ਜ਼ਿੰਦਗੀ ਜਿਉਣ। ਅਤੇ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਕਿੰਨਾ ਹੌਸਲਾ ਮਿਲਿਆ, ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ, ਅਤੇ ਜੁੜੇ ਰਹਿਣਾ ਪੰਜਾਬ ਪ੍ਰਥਮ ਟੀਵੀ ਦੇ ਨਾਲ। ਸ਼ੁਕਰੀਆ, ਸ਼ੁਕਰੀਆ ਬਾਈ।